ਸਾਰੇ ਸਤਿ ਸ਼੍ਰੀ ਅਕਾਲ, ਮੈਂ ਅਮਰਜੋਤ ਸਿੰਘ ਬੋਲ ਰਿਹਾ ਐਡਮਿੰਟਨ ਤੋਂ। ਇਸ ਵਕਤ 12:15 ਵਜੇ ਹੋਏ ਆ ਦਿਨ ਦੇ, ਮੰਡੇ ਦਾ ਟਾਈਮ ਹੈ। ਅਤੇ ਮੇਰੀ ਹੁੰਦੀ ਹੈ ਹਮੇਸ਼ਾ ਕਿ ਜਿਹੜੇ ਮਾਹਿਰ ਹੈ ਆਪਣੇ ਆਪਣੇ ਫੀਲਡ ਦੇ, ਭਾਵੇਂ ਇਮੀਗ੍ਰੇਸ਼ਨ ਲੋਇਰ ਹੋ ਜਾਂ ਨਾ ਹੋ, ਦੂਸਰੇ ਦੂਸਰੇ ਏਰੀਆ ਤੋਂ, ਦੂਸਰੇ ਕੰਟਰੀ ਤੋਂ, ਦੂਸਰੇ ਫੀਲਡ ਤੋਂ, ਅਗਰ ਕੋਈ ਉਹਨਾਂ ਕੋਲ ਸਪੈਸ਼ਲ ਨੌਲੇਜ ਹੈ, ਸਪੈਸ਼ਲ ਉਹਨਾਂ ਕੋਲ ਇੱਕ ਮਹਾਰਤ ਹੈ, ਉਹ ਤੁਹਾਨੂੰ ਲਾ ਕੇ ਅਸੀਂ ਇਸ ਪਲੈਟਫਾਰਮ 'ਤੇ ਲੋਕਾਂ ਨੂੰ ਦੱਸਦੇ ਹਾਂ ਕਿ ਵੀ ਜਦੋਂ ਉਹਨਾਂ ਨੂੰ ਫਾਇਦਾ ਮਿਲ ਜਾਏ। ਮੇਰੇ ਨਾਲ ਜੁੜੇ ਹੋਏ ਹੈ ਅਮਨ ਕੁਮਾਰ ਫਰੋਮ ਸਾਊਦੀ ਅਰੇਬੀਆ। ਅਮਨ ਨਾਲ ਮੇਰੀ ਕੱਲ੍ਹ ਗੁਫ਼ਤਗੂ ਹੋਈ ਹੈ ਤਾਂ ਆਈ ਵਾਜ਼ ਵੈਰੀ ਇੰਪ੍ਰੈਸਡ ਕਿ ਇਹਨਾਂ ਦੀ ਜੋ ਨੌਲੇਜ ਹੈ, ਇਹਨਾਂ ਦੀ ਜਿਹੜੀ ਸੂਝਬੂਝ ਹੈ। ਸਾਊਦੀਆ ਰਹਿ ਰਹੇ ਹੈ ਕਾਫ਼ੀ ਚਿਰ ਤੋਂ, ਆਓ ਗੱਲ ਕਰਦੇ ਹਾਂ ਕਿ ਸਾਊਦੀ ਅਰੇਬੀਆ ਕੀ ਚੱਲ ਰਿਹਾ ਅਤੇ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਹੈ, ਐਨ ਉਹਦਾ ਕੋਈ ਕਨੈਕਸ਼ਨ ਹੈ ਫੋਰ ਕੈਨੇਡਾ ਨਾਟ। ਅਮਨ, ਵੈਲਕਮ ਟੂ ਮਾਈ ਡਿਸਕਸ਼ਨ। ਥੈਂਕ ਯੂ ਵੈਰੀ ਮੱਚ ਫੋਰ ਕਮਿੰਗ ਇਨ। ਮੈਂ ਕੁਛ ਗੱਲ ਕਰਨੀ ਸੀ ਤੁਹਾਡੇ ਥਰੂ ਕਿ ਸਾਊਦੀ ਅਰੇਬੀਆ 'ਚ ਅੱਜ ਕੱਲ੍ਹ ਹੋ ਕੀ ਰਿਹਾ, ਕਿਸ ਤਰ੍ਹਾਂ ਹਾਲਾਤ ਹੈ ਉੱਥੇ, ਜਿਹੜੇ ਇਮੀਗ੍ਰੈਂਟਸ ਹੈ ਪਾਕਿਸਤਾਨੀ, ਬੰਗਲਾਦੇਸ਼ੀ, ਇੰਡੀਅਨਸ ਵਗੈਰਾ, ਜਿੰਨੇ ਵੀ ਇਮੀਗ੍ਰੈਂਟਸ ਵਗੈਰਾ ਹੈ, ਕਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਅੱਜ ਕੱਲ੍ਹ ਸਾਊਦੀ ਅਰੇਬੀਆ? ਸਰ ਹਾਲਾਤ ਤਾਂ ਠੀਕ ਆ, ਜਿਹਨਾਂ 'ਤੇ ਤਾਂ ਕੰਪਨੀ ਪੇਏਬਲ ਹੈਗੀ ਆ ਸੈਲਰੀ ਵਗੈਰਾ, ਕਿਉਂਕਿ ਕੋਵਿਡ ਦੇ ਵਿੱਚ ਨਾ ਬਹੁਤ ਸਾਰੇ ਕੰਪਨੀਜ਼ ਦਾ ਸਟੱਕ ਹੋ ਗਿਆ ਬਿਜ਼ਨਸ। ਉਹਦੇ ਵਿੱਚ ਜਿੰਨੀ ਵੀ ਆਪਣੀ ਜ਼ਿਆਦਾਤਰ ਪਾਪੂਲੇਸ਼ਨ ਪਾਕਿਸਤਾਨ, ਇੰਡੀਆ ਅਤੇ ਬੰਗਲਾਦੇਸ਼ ਤੋਂ ਆਉਂਦੀ ਆ ਲੇਬਰ ਕੈਟਾਗਰੀ ਦੇ ਵਿੱਚ, ਓਕੇ, ਤੇ ਉਹ ਤੇ ਜਿਹੜੀ ਤਾਂ ਕੰਪਨੀ ਥੋੜੀ ਸਟੇਬਲ ਸੀਗੀ, ਲੌਂਗ ਟਾਈਮ ਤੋਂ ਚੱਲ ਰਹੀ ਸੀ ਵਧੀਆ, ਉਹਨਾਂ ਨੇ ਤਾਂ ਸੈਲਰੀ ਉਹਨਾਂ ਨੂੰ ਦੇ ਦਿੱਤੀ। ਜ਼ਿਆਦਾਤਰ ਕੰਪਨੀ ਇੱਥੇ ਸਟੱਕ ਹੋ ਗਿਆ ਬਿਜ਼ਨਸ, ਤੇ ਹੁਣ ਜ਼ਿਆਦਾਤਰ ਉਹ ਵਾਪਸ ਹੀ ਭੇਜ ਰਹੇ ਆ। ਵਾਪਸ ਦਾ ਮੀਨਸ ਇਹ ਆ ਕਿ ਇੱਥੇ ਸਾਨੂੰ ਨਾ ਵਰਕ ਪਰਮਿਟ ਰੀਨਿਊ ਕਰਾਉਣਾ ਪੈਂਦਾ, ਉਹਨੂੰ ਇੱਥੇ ਸਾਊਦੀ ਲੈਂਗੁਏਜ ਦੇ ਵਿੱਚ ਅਗਾਮਾ ਕਹਿੰਦੇ ਆ, ਅਰੇਬਿਕ ਦੇ ਵਿੱਚ, ਆਪਣਾ ਹਾਂ ਰੈਜੀਡੈਂਸ ਪਰਮਿਟ ਹੁੰਦਾ ਉਹ। ਉਹ ਕਈ ਕੰਪਨੀਆਂ ਦੀ ਕੰਡੀਸ਼ਨ ਤਾਂ ਇੱਦਾਂ ਦੀ ਆ ਕਿ ਉਹ ਆਪਣੇ ਵਰਕ ਦਾ ਰੈਜੀਡੈਂਸ ਪਰਮਿਟ ਵੀ ਰੀਨਿਊ ਨਹੀਂ ਕਰਵਾ ਰਹੀ। ਅੱਛਾ, ਤੇ ਉਹਨਾਂ ਦੇ ਵਿੱਚ ਇਹ ਹੋ ਗਿਆ ਕਿ 6 ਮੰਥ ਹੋ ਗਿਆ, 3 ਮੰਥ ਹੋ ਗਿਆ, ਸੈਲਰੀ ਵੀ ਨਹੀਂ ਮਿਲੀ ਹੋਣੀ, ਤੇ ਕੋਈ ਉਹਨਾਂ ਨੂੰ ਫੂਡ ਅਲਾਊਂਸ ਵੀ ਨਹੀਂ ਮਿਲਦਾ ਪਿਆ ਹੈਗਾ। ਤੇ ਇਸ ਕਰਕੇ ਉਹ ਬੰਦੇ ਤਾਂ, ਕਈ ਤਾਂ ਕੰਪਨੀਆਂ ਇੱਦਾਂ ਦੇ ਹੈਗੀਆਂ ਕਿ ਉਹ ਆਪਣੇ ਆਪ ਨੂੰ ਦੀਵਾਲੀਆ ਘੋਸ਼ਿਤ ਕਰ ਦਿੱਤਾ, ਉਹਨਾਂ ਨੇ ਕਿ ਅਸੀਂ ਨਹੀਂ ਕਰਨਾ। ਤੇ ਸਾਊਦੀ ਅਰੇਬੀਆ ਦੀ ਗਵਰਨਮੈਂਟ ਬਹੁਤ ਅੱਛੀ ਆ, ਉਹਨਾਂ ਨੇ ਇੱਕ ਪਾਲਿਸੀ ਬਣਾਈ ਹੈ ਕਿ ਤੁਸੀਂ ਜੇ ਇਹਨਾਂ ਨੂੰ ਟਿਕਟ ਵੀ ਨਹੀਂ ਦੇ ਸਕਦੇ, ਇਹਨਾਂ ਦਾ ਅਗਾਮਾ ਵੀ ਰੀਨਿਊ ਨਹੀਂ ਕਰ ਸਕਦੇ, ਤਾਂ ਇਹਨਾਂ ਨੂੰ ਘੱਟੋ ਘੱਟ ਆਪਣੀ ਕੰਟਰੀ ਵਾਪਸ ਜਾਣ ਦਾ ਤਾਂ ਰਾਈਟ ਆ ਨਾ, ਉਹ ਤਾਂ ਕੋਈ ਨਹੀਂ ਹੋ ਸਕਦਾ। ਤੇ ਉਹ ਫਿਰ ਅੰਬੈਸੀ ਨੇ ਉਹਨਾਂ ਦੇ ਟਾਈ ਅਪਸ ਹੈ, ਤੇ ਅੰਬੈਸੀ ਨੇ ਉਹਨਾਂ ਨੂੰ ਕਹਿਤਾ ਤੁਸੀਂ ਇਹਨਾਂ ਨੂੰ ਯਾਨੀ ਕਿ ਆਊਟ ਸਲਿਪ ਦੇ ਕੇ ਇਹਨਾਂ ਨੂੰ ਤੁਸੀਂ ਵਾਪਸ ਭੇਜ ਸਕਦੇ। ਤੇ ਉਹ ਫਿਰ ਜਿੱਦਾਂ ਬੰਦੇ ਮਾਤਰਮ ਆਪਣਾ ਮਿਸ਼ਨ ਚੱਲਿਆ ਸੀਗਾ ਕੋਵਿਡ ਦੇ ਵਿੱਚ, ਤੇ ਉਸ ਮਿਸ਼ਨ ਦੇ ਤਹਿਤ ਫਿਰ ਜਾ ਰਹੇ ਆ ਹੁਣ ਵਾਪਸ ਬਹੁਤ ਸਾਰੇ। ਕਿੰਨੇ ਟੋਟਲ ਪੋਪੂਲੇਸ਼ਨ ਹੈ ਇੱਥੇ, ਜਿਹੜੇ ਇਮੀਗ੍ਰੈਂਟ ਪੋਪੂਲੇਸ਼ਨ ਹੈ, ਜਿਹੜੇ ਬਾਹਰ ਦੇ ਲੋਕ ਆਏ ਹੋਏ ਆ ਇੱਥੇ, ਜਿਹੜੇ ਕੰਮ ਹੈ, ਜਿਹੜੇ ਕਿੰਨੇ? ਸਭ ਤੋਂ ਜ਼ਿਆਦਾ 16 ਲੱਖ ਬੰਦਾ ਇੱਥੇ ਇੰਡੀਆ ਦਾ, 16 ਲੱਖ ਬੰਦਾ ਇੰਡੀਆ ਦਾ। ਬਾਕੀ ਹੋਰ ਕੰਟਰੀ ਤੋਂ ਮਿਲਾ ਕੇ ਬਹੁਤ ਜ਼ਿਆਦਾ ਹੋ ਜਾਏਗਾ ਮੇਰੇ ਖਿਆਲ, ਬਾਕੀ ਜਿਹੜੀ ਕੰਟਰੀਜ਼ ਹੈ ਜਿਹੜੇ। ਤੁਹਾਨੂੰ ਦੱਸਦਾ ਜੀ, ਹਾਂਜੀ ਸਭ ਤੋਂ ਜ਼ਿਆਦਾ ਬੰਦੇ 16 ਲੱਖ ਇੰਡੀਆ ਦਾ, ਉਸ ਤੋਂ ਘੱਟ ਹੈਗੇ ਪਾਕਿਸਤਾਨੀ, ਉਸ ਤੋਂ ਘੱਟ ਹੈਗੇ ਫਿਲੀਪੀਨੀਸ, ਉਸ ਤੋਂ ਘੱਟ ਹੈਗਾ ਵੀਤਨਾਮ, ਸਭ ਤੋਂ ਜ਼ਿਆਦਾ ਇੰਡੀਅਨ ਬੰਦੇ। ਅੱਛਾ, ਇਹ ਸਾਰੇ ਜਿਹੜੀ ਪੋਪੂਲੇਸ਼ਨ ਹੈ ਇਹਦੇ ਵਿੱਚ ਲੋਕਾਂ ਕੋਲ ਟਿਪੀਕਲੀ ਐਜੂਕੇਸ਼ਨ ਹੈ, ਮਤਲਬ ਕਿ ਡਿਪਲੋਮਾ ਡਿਗਰੀ ਵਗੈਰਾ ਹੈ ਕਿ ਜਾਂ ਉਸ ਤੋਂ ਹੇਠਲੇ ਲੈਵਲ 'ਤੇ ਹੀ ਕੰਮ ਕਰ ਰਹੇ ਹੈ ਜ਼ਿਆਦਾ? ਸਰ ਤੁਹਾਡੀ ਆਵਾਜ਼ ਕੱਟ ਹੋ ਗਈ ਸੀ, ਮੈਨੂੰ ਕਲੀਅਰ ਨਹੀਂ ਆ ਰਹੀ ਤੁਹਾਡੀ, ਇੱਕ ਮਿੰਟ। ਮੇਰੇ ਖਿਆਲ ਤੁਹਾਡੀ ਫੋਟੋ ਉੱਧਰ ਚਲੀ ਗਈ, ਮੈਂ ਦੁਬਾਰਾ ਬੋਲਾਂ ਕਿ ਇਹ ਸਾਰੇ ਜਿਹੜੇ ਲੋਕ ਹੈ ਇਹਨਾਂ ਦੀ ਐਜੂਕੇਸ਼ਨ ਲੈਵਲ ਕਿਸ ਤਰ੍ਹਾਂ ਦੀ ਹੈ? ਇਹ ਕਿਹੜੀ ਤੁਸੀਂ ਕਹਿ ਰਹੇ ਜੀ? ਉਸ ਤੋਂ ਬਾਅਦ ਆ ਜਾਂਦੇ ਆ ਜਾਣੀ ਕਿ ਪ੍ਰੋਫੈਸ਼ਨਲ ਕੈਟਾਗਰੀ ਜਿਹੜੀ ਹੈਗੀ, ਲੋਕਾਂ ਦੇ ਬਿਜ਼ਨਸ ਵੀ ਬਹੁਤ ਆ ਇੱਥੇ, ਤੇ ਲੋਕਾਂ ਦੇ ਜਿਹੜੇ ਪ੍ਰੋਫੈਸ਼ਨਲ ਕੈਟਾਗਰੀ ਆ, ਜ਼ਿਆਦਾ ਇੰਜੀਨੀਅਰ ਆ ਇੱਥੇ, ਡਾਕਟਰਸ ਹੈ ਜ਼ਿਆਦਾ, ਤੇ ਜਾਣੀ ਕਿ ਪ੍ਰੋਫੈਸ਼ਨਲ ਲੋਕਾਂ ਦੀ ਤਾਦਾਦ ਲੇਬਰ ਨਾਲੋਂ ਬਹੁਤ ਜ਼ਿਆਦਾ ਪਰਸੈਂਟੇਜ ਦੇ ਵਿੱਚ ਘੱਟ ਆ। ਠੀਕ ਹੈ ਅਮਨ, ਤੁਹਾਡੀ ਫੋਟੋ ਤੁਹਾਡਾ ਕੈਮਰਾ ਨੂੰ ਉਹ ਬਟਨ ਨੂੰ ਦਬਾ ਕੇ ਫਿਰ ਦੁਬਾਰਾ ਰੀਕਲਿਕ ਕਰੋ, ਕਿਉਂਕਿ ਤੁਹਾਡੀ ਫੋਟੋ ਸ਼ਾਇਦ ਫਰੀਜ਼ ਹੋ ਗਈ ਹੈ ਮੇਰੇ ਵੱਲ, ਇੱਧਰ ਆ ਰਹੀ ਹੈ ਜੋ ਫਰੀਜ਼ ਆ ਰਹੀ ਹੈ। ਆਪਣੇ ਕੈਮਰਾ ਦੇ ਬਟਨ ਨੂੰ ਦੁਬਾਰਾ ਕਲਿੱਕ ਡੀ ਕਲਿੱਕ ਸਿਲੈਕਟ ਕਰਕੇ ਦੁਬਾਰਾ ਸਿਲੈਕਟ ਕਰੋ, ਸ਼ਾਇਦ ਇੰਪਰੂਵ ਹੋ ਜਾਏ। ਦੇਖੋ ਹੁਣ ਆ ਰਹੀ ਹੈ, ਹੁਣ ਦੁਬਾਰਾ ਕੈਮਰੇ ਨੂੰ ਦਬਾਓ ਦੁਬਾਰਾ। ਆਪਣੇ ਸਾਊਥ ਦੇ ਆ, ਆਪਣੇ ਨਾਰਥ ਸਾਈਡ ਦਾ ਕੋਈ ਨੀ ਹੈਗਾ। ਅੱਛਾ, ਕੇਰਲਾ ਕੋਲਾ ਉਸ ਸਾਈਡ ਦੇ, ਵੈਰੀ ਵੈਰੀ ਡਾਇਰੈਕਟ। ਨਰਸਿੰਗ ਵੀ ਜਿਹੜੀ ਆ ਆਲਮੋਸਟ ਕੇਰਲਾ ਐਂਡ ਫਿਲੀਪੀਨਸ,
ਐਂਡ ਜਿਹੜੇ ਆਪਣੇ ਹਾਈਲੀ ਰੈਕਮੈਂਡ ਜਿੱਦਾਂ ਪ੍ਰੋਫੈਸ਼ਨ ਹੁੰਦੇ ਇੰਜੀਨੀਅਰ ਆ ਡਾਕਟਰਸ ਆ ਉਹ ਸਾਊਥ ਸਾਈਡ ਦੇ ਇੰਡੀਅਨ ਸਾਈਡ ਦੇ ਬਹੁਤ ਘੱਟ ਇੰਡੀਅਨ ਸਾਈਡ ਦੇ ਜੇ ਆਉਂਦੇ ਆ ਆਪਣੇ ਨੌਰਥ ਸਾਈਡ ਤੋਂ ਤਾਂ ਜ਼ਿਆਦਾ ਡਰਾਈਵਿੰਗ ਆਉਂਦੇ ਆ ਅਤੇ ਜ਼ਿਆਦਾ ਡਰਾਈਵਿੰਗ ਹੀ ਆ ਜ਼ਿਆਦਾ ਹੋਰ ਕਿਸੇ ਪ੍ਰੋਫੈਸ਼ਨ ਦੇ ਵਿੱਚ ਹਾਈ ਪ੍ਰੋਫੈਸ਼ਨ ਦੇ ਵਿੱਚ ਬਹੁਤ ਘੱਟ ਆਉਂਦੇ ਮੇਰਾ ਇੱਕ ਇੱਕ ਹੋਰ ਸਵਾਲ ਤੁਹਾਡੇ ਤੋਂ ਇਹ ਜ਼ਰੂਰ ਤੁਸੀਂ ਇਹਦੇ ਬਾਰੇ ਕਰੋ ਪੁਸ਼ਟੀ ਕਰੋ ਕਿ ਕਈ ਲੋਕ ਜਿਹੜੇ ਜਿਨ੍ਹਾਂ ਦੇ ਸਪਾਊਸ ਵੀਜ਼ਾ ਕਿਉਂਕਿ ਮੇਰਾ ਸਾਡਾ ਜਿਹੜਾ ਮੇਜਰ ਬਿਜ਼ਨਸ ਹੈ ਸਪਾਊਸ ਵੀਜ਼ਾ ਦਾ ਕਿਉਂਕਿ ਆਲਰੇਡੀ ਕਿਸੇ ਦੀ ਵਾਈਫ ਆਲਰੇਡੀ ਪਹੁੰਚੀ ਹੋਈ ਕੈਨੇਡਾ ਅਤੇ ਉਹਨਾਂ ਦੇ ਹਸਬੈਂਡ ਸ਼ਾਇਦ ਮਿਡਲ ਈਸਟ ਕੰਮ ਕਰ ਰਹੇ ਆ ਸਾਊਦੀ ਜਾਂ ਦੁਬਈ ਕੰਮ ਕਰ ਰਹੇ ਹੈ ਇਹ ਇੱਕ ਗਲਤੀ ਮੈਂ ਜ਼ਰੂਰ ਦੇਖਦਾ ਕਿ ਲੋਕਾਂ ਨੇ ਇਸ ਤਰ੍ਹਾਂ ਕੀਤਾ ਹੈ ਕਿ ਕੰਸਲਟੈਂਟ ਨੇ ਉਹਨਾਂ ਨੂੰ ਦੱਸਿਆ ਸ਼ਾਇਦ ਰੋਂਗ ਇਨਫੋਰਮੇਸ਼ਨ ਜਾਂ ਜੋ ਵੀ ਐਕਸਪੀਰੀਅੰਸ ਰਿਹਾ ਹੋਗਾ ਕਿ ਉਹਨਾਂ ਨੂੰ ਜਿਹੜੇ ਇੰਡੀਆ ਵਿੱਚ ਜਿਹੜੇ ਕੰਸਲਟੈਂਟ ਉਹਨਾਂ ਨੂੰ ਦੱਸਿਆ ਗਿਆ ਕਿ ਵੀ ਤੁਸੀਂ ਆਪਣੀ ਜੋਬ ਸਾਊਦੀ ਦੀ ਜੋਬ ਛੱਡ ਕੇ ਵਾਪਸ ਪੰਜਾਬ ਆ ਜਾਓ ਜਾਂ ਤਾਂ ਦੁਬਈ ਦੀ ਜੋਬ ਛੱਡ ਕੇ ਕੋਈ ਟਰੱਕ ਡਰਾਈਵਰ ਚਲਾ ਰਿਹਾ ਕੁਛ ਹੈ ਜੋਬ ਛੱਡ ਕੇ ਤੁਸੀਂ ਪੰਜਾਬ ਨੂੰ ਪੜਤਾ ਹੋ ਇੱਥੋਂ ਫਿਰ ਅਸੀਂ ਫਰੈਸ਼ ਵੀਜ਼ਾ ਕਰਾਂਗੇ ਫਰੋਮ ਇੰਡੀਆ ਕਿਉਂਕਿ ਨੰਬਰ ਵਨ ਉਹਨਾਂ ਅਕੋਰਡਿੰਗ ਟੂ ਦੈਮ ਇੰਡੀਆ ਦੀ ਪ੍ਰੋਸੈਸਿੰਗ ਟਾਈਮ ਇਜ਼ ਫਾਸਟਰ ਅਕੋਰਡਿੰਗ ਟੂ ਦੈਮ ਦੂਸਰਾ ਹੈ ਕਿ ਤੁਹਾਡੇ ਟਾਈਸ ਜਿਹੜੇ ਹੈ ਕਿਉਂਕਿ ਬਿਕੋਜ਼ ਯੂ ਹੈਵ ਅ ਇੰਡੀਅਨ ਪਾਸਪੋਰਟ ਤੁਹਾਡੇ ਇੱਥੋਂ ਦਿੱਲੀ ਤੋਂ ਵੀਜ਼ਾ ਐਪਲੀਕੇਸ਼ਨ ਦੀ ਸਕਸੈਸਫੁਲ ਹੋਣ ਦੇ ਚਾਂਸ ਬਹੁਤ ਜ਼ਿਆਦਾ ਹੈ ਬਜਾਏ ਕਿ ਯੂ ਡੂ ਇਟ ਫਰੋਮ ਮਿਡਲ ਈਸਟ ਸੋ ਜੋ ਮੈਂ ਕੇਸਿਸ ਦੇਖ ਚੁੱਕਿਆ ਹਾਂ ਜੋ ਮੈਂ ਕੇਸਿਸ ਜੋ ਮੈਨੂੰ ਉਹਨਾਂ ਦੇ ਕੈਪਸੂਲਸ ਵੱਲ ਪੜ੍ਹ ਕੇ ਸਮਝ ਦੀ ਜਿਹੜਾ ਮੈਨੂੰ ਪਤਾ ਲੱਗਿਆ ਕਿ ਉਹਨਾਂ ਉਹਨਾਂ ਦੀ ਗੱਲ ਫਿਰ ਵੀ ਨਹੀਂ ਬਣੀ ਕਿ ਜੇ ਉਹ ਜੇ ਉਹਨਾਂ ਦੀ ਜੋਬ ਚਲੀ ਗਈ ਜੇ ਉਹਨਾਂ ਕੋਲ ਕੋਈ ਜੋਬ ਨਹੀਂ ਹੈ ਮੁੜ ਕੇ ਆ ਕੇ ਪੰਜਾਬ ਆ ਕੇ ਫਿਰ ਉਹਨਾਂ ਕੋਲ ਕੋਈ ਜੋਬ ਨਹੀਂ ਹੈ ਫਿਰ ਬੇਰੁਜ਼ਗਾਰੀ ਆ ਗਈ ਫਿਰ ਪੈਸੇ ਨਹੀਂ ਹੈ ਫੰਡਸ ਨਹੀਂ ਹੈ ਨਥਿੰਗ ਅਤੇ ਫਿਰ ਵੀਜ਼ਾ ਉਹਨਾਂ ਦਾ ਫਿਰ ਨਹੀਂ ਲੱਗਿਆ ਤੁਸੀਂ ਇਹ ਦੇਖਦੇ ਹੋ ਕਿ ਕਈ ਲੋਕਾਂ ਨੂੰ ਇਸ ਤਰ੍ਹਾਂ ਹੈ ਕਿ ਵੀ ਇੰਡੀਆ ਜਾ ਕੇ ਵੀਜ਼ਾ ਲਾਓਗੇ ਤਾਂ ਉੱਥੇ ਬੈਟਰ ਲੱਗੇਗਾ ਸਾਊਦੀ ਦਾ ਜਾਂ UAE ਦਾ ਜਿਹੜਾ ਅਪਰੂਵਲ ਰੇਟ ਬਹੁਤ ਹੀ ਲੋਅ ਰੇਟ ਹੈ ਇਜ਼ ਦੈਟ ਰਾਈਟ ਨੋ ਸਰ ਦਿਸ ਇਜ਼ ਨਾਟ ਕਰੈਕਟ ਦਿਸ ਇਜ਼ ਨਾਟ ਕਰੈਕਟ ਇਫ ਦਾ ਵੀਜ਼ਾ ਪ੍ਰੋਸੈਸਿੰਗ ਨੋ 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 ਇਫ ਯੂ ਕੁਇਟ ਯੂਰ ਜੋਬ ਫਰਮ ਹੇਅਰ ਟੂ ਗੋ ਟੂ ਬੈਕ ਇਨ ਇੰਡੀਆ ਦੈਟ ਇਜ਼ ਅ ਰੋਂਗ ਰੋਂਗ ਡਿਸੀਜ਼ਨ ਹਾਂਜੀ ਜੇ ਤੁਸੀਂ ਆਪਣੀ ਜੋਬ ਉੱਥੇ ਜਾ ਕੇ ਤੁਸੀਂ ਜੋਬ ਇੱਕ ਤਾਂ ਤੁਸੀਂ ਜੇ ਇੱਥੇ ਜੋਬ ਕਰਦੇ ਡਰਾਈਵਰਿੰਗ ਮੈਂ ਤਾਂ ਹੈਵੀ ਡਰਾਈਵਰ ਦੀ ਗੱਲ ਕਰਦਾ 3000 ਰਿਆਲ ਉਹਨਾਂ ਦੀ ਪਰ ਮੰਥ ਸੈਲਰੀ ਆ ਆਫਟਰ ਦੈਟ ਦਾ ਟ੍ਰਿਪ 3000 ਰਿਆਲ ਅਪਰੋਕਸੀਮੇਟਲੀ ਯੈਸ ਆਫਟਰ ਦੈਟ ਇਨਕਲੂਡਿੰਗ ਦਾ ਟ੍ਰਿਪ ਮੇ ਬੀ 3500 3800 ਅਪਰੋਕਸੀਮੇਟਲੀ 80000 ਇੰਡੀਆ ਵਨ ਮੰਥ ਅਪਰੋਕਸੀਮੇਟਲੀ ਹੂ ਇਜ਼ ਗਿਵਿੰਗ ਦਾ ਮਨੀ ਫਰਮ ਇਨ ਇੰਡੀਆ 80000 ਟੂ ਡਰਾਈਵਰ ਨੋਬਡੀ ਯਾ ਯਾ ਸੋ ਸੋ ਜਿਹੜਾ ਨਤੀਜਾ ਜਿਹੜਾ ਜਿਹੜਾ ਕਨਕਲੂਜਨ ਹੈ ਕਿ ਬਈ ਅਗਰ ਕਿਸੇ ਦੀ ਫਾਈਲ ਪੈਂਡਿੰਗ ਹੈ ਆਲਰੇਡੀ ਉਹਨਾਂ ਦੀ ਕੋਈ ਥੋੜ੍ਹੀ ਬਹੁਤ ਨੌਕਰੀ ਚੱਲ ਰਹੀ ਹੈ ਸਾਊਦੀ ਦੀ ਜਾਂ ਮਿਡਲ ਈਸਟ ਦੀ ਨੌਕਰੀ ਚੱਲ ਰਹੀ ਹੈ ਬੈਟਰ ਹੈ ਕਿ ਤੁਸੀਂ ਉੱਥੋਂ ਹੀ ਰਹਿ ਕਰ ਉਸੇ ਵੀਜ਼ਾ ਆਫਿਸ ਤੋਂ ਜਿਹੜਾ ਤੁਹਾਡਾ ਏਰੀਆ ਹੈ ਜਿਸਦਾ UAE ਏਰੀਆ ਹੈ ਵਟਐਵਰ ਸਾਊਦੀ ਵੀ ਕੈਨੇਡੀਅਨ ਐਮਬੈਸੀ ਇਜ਼ ਰਾਈਟ ਇਨ ਜੱਦਾ ਔਰ ਸਮਥਿੰਗ ਰਿਆਦ ਸੋ ਉੱਥੋਂ ਕਰਕੇ ਬੈਟਰ ਹੈ ਕਿ ਤੁਸੀਂ ਵੀਜ਼ਾ ਅਪਲਾਈ ਕਰਨਾ ਹੈ ਨੌਕਰੀ ਛੱਡ ਕੇ ਆਪਣੇ ਮੁਲਕ ਆ ਕੇ ਕਰਨਾ ਦਿਸ ਇਜ਼ ਅ ਬਿਗ ਮਿਸਟੇਕ ਉੱਥੋਂ ਹੀ ਕਰਨਾ ਚਾਹੀਦਾ ਸੋ ਦੈਟ ਇਜ਼ ਜਸਟ ਵਾਂਟਿਡ ਟੂ ਕਲੈਰੀਫਾਈ ਵਿਥ ਯੂ ਕਿ ਲੋਕਾਂ ਨੂੰ ਪਤਾ ਲੱਗ ਜਾਏ ਕਿ ਬਈ ਨੌਕਰੀ ਚੱਲ ਰਹੀ ਹੈ ਅਤੇ ਚੱਲਦੇ ਰਹੋ ਕਰਦੇ ਰਹੋ ਮਤਲਬ ਕੰਟੀਨਿਊ ਕਰੋ ਇੱਕ ਦੂ ਤੀਸਰੀ ਚੀਜ਼ ਜਿਹੜੇ ਲੋਕ ਇਸ ਵਕਤ ਇੰਡੀਆ ਬੈਠੇ ਹੈ ਜਿਹਨਾਂ ਕੋਲ ਜੋਬ ਨਹੀਂ ਹੈ ਬਿਲਕੁਲ ਜਿਹੜੇ ਲੋਕ ਇਸ ਵਕਤ ਇੰਡੀਆ ਬੈਠੇ ਹੈ ਜਿਹਨਾਂ ਦੀ ਮੈਰਿਜ ਹੋ ਚੁੱਕੀ ਹੈ ਜਿਹਨਾਂ ਕੋਲ ਜੋਬ ਨਹੀਂ ਹੈ ਜਾਂ ਜੋਬ ਛੋਟਾ ਮੋਟਾ ਜੋਬ ਹੈ ਜਿਸ ਤਰ੍ਹਾਂ ਕੋਈ 10,000 ਸੈਲਰੀ ਹੈ 15,000 ਸੈਲਰੀ ਹੈ ਜਾਂ ਮਿਨੀਮਮ ਵਟ ਐਵਰ ਵੈਰੀ ਮਿਨੀਮਮ ਕਿਉਂਕਿ ਇੰਨੀ ਸੈਲਰੀ 'ਚ ਅਗਰ ਤੁਹਾਡੀ ਜੋਬ ਪੱਕੀ ਨਹੀਂ ਹੈ ਛੋਟੀ ਮੋਟੀ ਦੁਕਾਨਾਂ 'ਤੇ ਕੰਮ ਕਰ ਰਹੇ ਹੋ ਜਾਂ ਸੇਲਸਮੈਨਸ਼ਿਪ ਕਰ ਰਹੇ ਹੋ ਤੁਹਾਡੇ ਕੋਲ ਸੈਲਰੀ ਸਲਿੱਪ ਨਹੀਂ ਹੋਣੀ ਜਾਂ ਜੋਬ ਲੈਟਰ ਨਹੀਂ ਹੋਣਾ ਫਿਰ ਕੀ ਤੁਸੀਂ ਉਹ ਯੂਨੋ ਬੈਂਕ ਅਕਾਊਂਟ ਵਿੱਚ ਪੈਸੇ ਕਰਕੇ ਫੰਡ ਤੁਹਾਡੇ ਕੋਲ ਇਕੱਠੇ ਨਹੀਂ ਹੋਣੇ ਮਤਲਬ ਕੁੱਲ ਮਿਲਾ ਕੇ ਗਰੀਬੀ ਗਰੀਬੀ ਸ਼ੋਅ ਹੋ ਰਹੀ ਹੈ ਸਾਰੀ ਜਗ੍ਹਾ ਇਸ ਤੋਂ ਬੈਟਰ ਇਹ ਹੈ ਕਿ ਇਸ ਤੋਂ ਬੈਟਰ ਮੈਂ ਨਾਲ ਕਈ ਲੋਕਾਂ ਨੂੰ ਕਿਹਾ ਕਿ ਵੀ ਤੁਸੀਂ ਅਗਰ ਜੇ ਜੋਬ ਨਹੀਂ ਕਰ ਸਕਦੇ ਪੰਜਾਬ ਤੇ ਗੋ ਸਮਵੇਅਰ ਯੂਨੋ ਗੋ ਟੂ ਦਿੱਲੀ ਚਲੇ ਜਾਓ ਚੇਨਈ ਜਾਓ ਕਲਕੱਤੇ ਜਾਓ ਜਿੱਥੇ ਮਰਜ਼ੀ ਜੋਬ ਮਿਲਦੀ ਹੈ ਉੱਥੇ ਜੋਬ ਕਰੋ ਕਿਉਂਕਿ ਤੁਸੀਂ ਆਪਣੇ ਸਪਾਊਸ ਵੀਜ਼ਾ ਕੁਆਲੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਹਾਡੀ ਵਾਈਫ ਉੱਧਰ ਬੈਠੀ ਹੈ ਅਤੇ ਤੁਹਾਡੇ ਕੋਲ ਫੰਡਸ ਨਹੀਂ ਹੈ ਪੈਸੇ ਨਹੀਂ ਹੈ ਇਸਟੈਬਲਿਸ਼ਮੈਂਟ ਨਹੀਂ ਹੈ ਇਹਨੂੰ ਆਪਾਂ ਇਸ ਤਰ੍ਹਾਂ ਲਿਖਿਆ ਹੁੰਦਾ ਹੈ ਰਿਫਿਊਜ਼ਲ ਲੈਟਰ 'ਚ ਕਿ ਨੋ ਟਾਈਸ ਟੂ ਕੰਟਰੀ ਆਫ ਰੈਜੀਡੈਂਸ ਨੋ ਟਾਈਸ ਮਤਲਬ ਨਾ ਤੁਹਾਡੇ ਕੋਲ ਜੋਬ ਹੈ ਨਾ ਪੈਸਾ ਹੈ ਨਾ ਕੋਈ ਤੁਹਾਡੇ ਕੋਲ ITR ਹੈ ਨਾ ਕੋਈ ਯੂਨੋ ਜੋ ਵੀ ਪੈਸਾ ਹੈ ਉਹ ਬਾਹਰੋਂ ਕਿਸਨੇ ਪਵਾਇਆ ਜਾਂ ਤੁਸੀਂ ਕਰਜ਼ਾ ਲੈ ਕੇ ਸ਼ੋਅ ਕੀਤਾ ਵਗੈਰਾ ਯੂ ਡੋਂਟ ਹੈਵ ਯੋਰ ਓਨ ਇਨਫ ਫੰਡਸ ਪੁਰਾਣੇ ਫੰਡ ਤੁਹਾਡੇ ਕੋਲ ਕੁਛ ਨਹੀਂ ਹੈ ਉਹਨਾਂ ਨੂੰ ਮੈਂ ਕਈ ਵਾਰ ਗੁਜ਼ਾਰਿਸ਼ ਮੈਂ ਕੀਤੀ ਹੋਈ ਹੈ ਅਤੇ ਤੁਹਾਡੇ ਮਾਧਿਅਮ ਤੋਂ ਮੈਂ ਦੁਬਾਰਾ ਲੋਕਾਂ ਨੂੰ ਮੈਂ ਮੈਸੇਜ ਦੇ ਰਿਹਾ ਕਿ ਅਗਰ ਜੇ ਤੁਹਾਨੂੰ ਉੱਥੇ ਜੋਬ ਨਹੀਂ ਮਿਲਦੀ ਤਾਂ ਤੁਸੀਂ ਕਿਤੇ ਬਾਹਰ ਚਲੇ ਜਾਓ ਦੁਬਈ ਚਲੇ ਜਾਓ ਸਾਊਦੀ ਚਲੇ ਜਾਓ ਯੂਨੋ ਵਟ ਐਵਰ ਛੋਟਾ ਮੋਟਾ ਕੰਮ ਕਰੋਗੇ ਸਾਊਦੀ ਦੀ ਜੋਬ ਕਰੋਗੇ ਇਨਾਮ ਨਾ ਸਿੰਘ ਸਾਊਦੀ ਐਨੀ ਵੇਅਰ ਦੁਬਈ ਆਲਸੋ ਮਲੇਸ਼ੀਆ ਸਿੰਗਾਪੁਰ
ਉੱਥੇ ਜੋਬ ਕਰੋਗੇ ਐਟਲੀਸਟ ਦੋ ਤਿੰਨ ਫਾਇਦੇ ਹੋਣਗੇ। ਇੱਕ ਤਾਂ ਨੰਬਰ ਵਨ ਥੋੜ੍ਹੀ ਤਨਖਾਹ ਮਿਲੇਗੀ, ਕੁਛ ਬੈਟਰ ਮਿਲੇਗੀ, ਅਤੇ ਦੂਸਰਾ ਹੈ ਕਿ ਕਿਉਂਕਿ ਇੰਡੀਆ 'ਚ ਮਿਲੂਗਾ ਨਾ ਉਹਨੂੰ ਕੰਟਰੀ ਤੋਂ ਬਾਹਰ ਐਕਸਪਲੋਜਰ ਵੀ ਮਿਲੂਗਾ, ਕੰਮ ਕਰਨ ਦਾ ਪਤਾ ਲੱਗੂਗਾ। ਮੈਂ ਆ ਰਿਹਾ ਸੀ ਉੱਥੇ ਆ ਰਿਹਾ ਮੈਂ, ਅਤੇ ਦੂਸਰਾ ਫਾਇਦਾ ਹੈ ਕਿ ਤੁਹਾਨੂੰ ਇੱਕ ਡਾਕੂਮੈਂਟੇਸ਼ਨ ਵਾਈਜ਼ ਤੁਹਾਨੂੰ ਹੈਲਪ ਹੋਏਗੀ ਕਿ ਕਿਸੇ ਵੀ ਕੰਪਨੀ ਜਾਓਗੇ ਉਹਨਾਂ ਕੋਲ ਇੱਕ ਪ੍ਰੋਪਰ ਇੱਕ ਜੋਬ ਲੈਟਰ ਹੋਏਗਾ, ਇੱਕ ਤਨਖਾਹ ਦਾ ਇੱਕ ਪਰੂਫ ਹੋਏਗੀ, ਸੈਲਰੀ ਸਲਿੱਪ ਆ ਰਹੀ ਹੈ ਜੀ, ਸੈਲਰੀ ਸਲਿੱਪ ਤੁਹਾਡੇ ਜਿਹੜੇ ਅਕਾਊਂਟ ਖੋਲੋਗੇ ਅਕਾਊਂਟ 'ਚ ਜਮ੍ਹਾਂ ਹੋ ਰਹੀ ਹੈ, ਕੁਛ ਨਾ ਕੁਛ ਇੱਕ ਇੰਪਲੋਇਮੈਂਟ। ਲੈਟ ਮੀ ਵਨ ਥਿੰਗ, ਜਦੋਂ ਵੀ ਕੋਈ ਇੱਥੇ ਆਉਂਦਾ ਨਾ, ਮੇ ਬੀ ਮੈਂ ਐਕਸਪੀਰੀਅੰਸ, ਮੈਨੂੰ ਸੌਦੀ ਦਾ, ਮੈਂ ਸੌਦੀ ਦਾ, ਤੁਸੀਂ ਇੱਥੇ ਛੋਟੀ ਤੋਂ ਛੋਟੀ ਕੰਪਨੀ ਵੀ ਕੋਈ ਖੋਲਦੀ ਆ ਨਾ, ਉਹਨੂੰ ਅਰੇਬਿਕ ਦੇ ਵਿੱਚ ਮੁਸੱਸਾ ਕਹਿ ਦਿੰਦੇ ਆ, ਜਿੱਦਾਂ ਛੋਟੇ ਜਿਹੇ 10-15 ਇੰਪਲੋਏ ਹੈਗੇ ਉਹਨੂੰ ਮੁਸੱਸਾ ਕਹਿ ਦਿੰਦੇ ਆ, ਵੱਡੇ ਜੇ 50 ਤੋਂ ਅਪ ਇੰਪਲੋਏ ਆ ਤਾਂ ਉਹਨੂੰ ਕੰਪਨੀ ਕਹਿ ਦਿੰਦੇ ਆ, LCC। ਤੋ ਉਹਦੇ ਵਿੱਚ ਵੀ ਜੇ ਤੁਹਾਨੂੰ ਮੁਸੱਸਾ ਵੀ ਆਪਣਾ ਇੱਕ ਖੋਲਣਾ ਨਾ ਅਰੇਬਿਕ ਦੇ ਵਿੱਚ, ਉਹਦੇ ਲਈ ਵੀ ਤੁਹਾਨੂੰ ਰਜਿਸਟਰੇਸ਼ਨ ਕਰਾਉਣੀ ਪੈਂਦੀ ਆ। ਰਜਿਸਟਰੇਸ਼ਨ ਤੋਂ ਬਗੈਰ ਤੁਸੀਂ ਨਾ ਕਿਸੇ ਨੂੰ ਸੈਲਰੀ ਦੇ ਸਕਦੇ ਆ ਕੈਸ਼, ਨਾ ਤੁਸੀਂ ਕੋਈ ਆਪਣੀ ਕੰਪਨੀ ਹਾਇਰ ਕਰ ਸਕਦੇ ਆ, ਨਾ ਕੋਈ ਇੰਪਲੋਏ, ਕੁਛ ਵੀ ਨਹੀਂ। ਸਭ ਜੇ ਤੱਕ ਤੂੰ ਰਜਿਸਟਰੇਸ਼ਨ ਹੀ ਹੈ ਨੀਗੀ, ਹੁਣ ਉੱਥੇ ਆਪਣੇ ਇੰਡੀਆ ਦੇ ਵਿੱਚ ਲਾ ਲਓ ਕੋਈ ਵੀ ਆਪਣੇ ਲੈਟਰ ਪੈਡ ਤੇ ਕੁਛ ਵੀ ਲਿਖ ਦਿੰਦਾ। ਹੁਣ ਜੇ ਰਜਿਸਟਰੇਸ਼ਨ ਕਰਾਈ ਹੋਊਗੀ, ਪਤਾ ਕਿ ਮੇਰਾ ਲਾਇਸੈਂਸ ਕੈਂਸਲ ਹੋ ਜਾਣਾ, ਉਹ ਕਿੱਦਾਂ ਕਿਸੇ ਨੂੰ ਕੁਛ ਲਿਖ ਕੇ ਦੇ ਦੂਗਾ ਗੱਲ ਕਿ ਮੇਰਾ ਤੂੰ ਇੰਪਲੋਏ ਆ, ਕੋਈ ਵੀ ਨਹੀਂ ਕਰ ਸਕਦਾ। ਤੇ ਇਸ ਕਰਕੇ ਸਭ ਤੋਂ ਜ਼ਰੂਰੀ ਤਾਂ ਇਹ ਗੱਲ ਆ ਨਾ ਕਿ ਤੁਹਾਡੇ ਤੋਂ ਡਾਕੂਮੈਂਟੇਸ਼ਨ ਤਾਂ ਪਰੂਫ ਤਾਂ ਉਹ ਆ ਨਾ, ਜਿਹੜੇ ਡਾਕੂਮੈਂਟ ਤਾਂ ਉਹ ਆ ਜਿਹੜੇ ਬੋਲਣਾ, ਪਰੂਫ ਨੇ ਬੋਲਣਾ, ਉਹ ਪੇਪਰ ਵਰਕ ਨੇ ਬੋਲਣਾ ਤੁਹਾਡਾ ਰਾਈਟਿੰਗ ਦੇ ਵਿੱਚ। ਤਾਂ ਤੁਸੀਂ ਉੱਦਾਂ ਤੁਸੀਂ ਮੂੰਹ ਨਾ ਬੋਲ ਕੇ ਕੁਛ ਵੀ ਕਹਿ ਦਿਓ, ਤੁਸੀਂ ਮੇਰੇ ਤੋਂ ਸੇਲਸ ਮੈਨੇਜਰ, ਤੁਸੀਂ ਮੇਰੇ ਤੋਂ ਕੌਣ ਮੈਨੇਜਰ ਦਾ ਕੰਮ ਕਰਦਾ, ਦੈਟਸ ਨੋਟ ਡਾਕੂਮੈਂਟੇਸ਼ਨ ਤੇ ਵੀਜ਼ਾ ਮੈਨ। ਸਹੀ ਹੈ, ਸਹੀ ਹੈ। ਸੋ ਇਹ ਜ਼ਰੂਰ ਫਾਇਦਾ ਹੋਣਾ ਕਿ ਇਹਨਾਂ ਨੂੰ ਮੈਂ ਰਿਕੁਐਸਟ ਕਰਦਾ ਐਕਚੁਅਲੀ ਕਿ ਅਗਰ ਜੇ ਨੌਕਰੀ ਤੁਹਾਨੂੰ ਅਗਰ ਇੰਡੀਆ ਨਹੀਂ ਮਿਲਦੀ, ਅਗਰ ਤੁਹਾਡੇ ਕੋਲ ਉਸ ਤਰ੍ਹਾਂ ਦੀ ਕੋਈ ਕਰੀਅਰ ਦਾ ਕੋਈ ਇਸ ਪ੍ਰੋਸਪੈਕਟ ਨਹੀਂ ਹੈ ਤੇ ਬਾਹਰ ਦੀ ਕੰਟਰੀ 'ਚ ਆ ਕੇ ਤੁਹਾਨੂੰ ਕਰਨਾ ਚਾਹੀਦਾ। ਤੁਹਾਡੇ ਤੋਂ ਮੈਂ ਪੁੱਛਣਾ ਕਿ ਲੋਕਾਂ ਦਾ ਇਹ ਖਿਆਲ ਹੈ ਕਿ ਸਾਊਦੀ 'ਚ ਡੇਂਜਰ ਹੈ ਜੀ, ਸਾਊਦੀ 'ਚ ਕੁਛ ਨਹੀਂ ਜੀ, ਖਤਰਾ ਹੈ ਜੀ, ਇੱਥੇ ਮੁਸਲਮਾਨੀ ਕੰਟਰੀ ਹੈ ਜੀ, ਤੁਹਾਨੂੰ ਕੱਟ ਦਿਆਂਗੇ, ਇੱਧਰ ਸਿਰ ਵੱਢ ਦਿਆਂਗੇ, ਜਾਂ ਜੇਲ੍ਹ 'ਚ ਲਾ ਦਿਆਂਗੇ, ਇਸ ਤਰ੍ਹਾਂ ਕੀ ਹੈ, ਵਾਟ ਇਜ਼ ਦ ਰਿਅਲ ਗਰਾਊਂਡ ਰਿਐਲਿਟੀ, ਕ੍ਰਾਈਮ ਸਿਚੁਏਸ਼ਨ, ਲਾਅ ਐਂਡ ਆਰਡਰ ਕੀ ਸਿਚੁਏਸ਼ਨ ਹੈ, ਜਿਹੜੇ ਇੰਡੀਆ ਤੋਂ ਲੋਕ ਆ ਰਹੇ ਹੈ ਉਹਨਾਂ ਲਈ ਕੀ ਹੈ ਸਿਚੁਏਸ਼ਨ? ਸਰ ਜਿਹੜੇ ਤਾਂ ਨਾ ਕੋਈ ਵੀ ਕਿਸੇ ਤੇ ਕਿਸਮ ਦਾ ਡਰੱਗਸ ਲੈਂਦੇ ਆ, ਜਦੋਂ ਆਪਾਂ ਪਾਸਪੋਰਟ ਸਾਊਦੀ ਅੰਬੈਸੀ ਤੇ ਵੀਜ਼ਾ ਸਟੈਂਪ ਕਰਾਉਂਦੇ ਆ ਨਾ, ਤੁਹਾਡੇ ਪਾਸਪੋਰਟ ਦੇ ਬੈਕ ਪੇਜ ਤੇ ਨਾ ਇੱਕ ਸਲਿੱਪ ਲੱਗ ਕੇ ਆਉਂਦੀ ਆ ਕਿ ਜੇ ਤੁਹਾਡੇ ਤੋਂ ਕੋਈ ਡਰੱਗਸ ਹੋਇਆ ਜਾਂ ਤੁਸੀਂ ਕੋਈ ਵੀ ਕਿਸੇ ਵੀ ਚੀਜ਼ ਦਾ ਡਰੱਗਸ ਹੋਇਆ, ਪੈਨਲਟੀ ਟੂ ਡੈਥ। ਫਸਟ ਤਾਂ ਇਹ ਆ ਕਿ ਡਰੱਗਸ ਤਾਂ ਇੱਥੇ, ਹਾਂ ਪਹਿਲਾਂ ਹੀ ਪਹਿਲਾਂ ਜਦੋਂ ਵੀਜ਼ਾ ਦੇਣਾ ਨਾ ਤੁਹਾਨੂੰ ਪਾਸਪੋਰਟ ਤੇ ਸਲਿੱਪ ਲਾ ਕੇ ਭੇਜ ਦਿਓ। ਨੰਬਰ 2 ਤੇ ਕੋਈ ਇੱਥੇ ਤੁਹਾਨੂੰ ਬੀਅਰ ਬਾਰ ਕੋਈ ਕੁਛ ਨਹੀਂ, ਇੰਟਰਟੇਨਮੈਂਟ ਦਾ ਕੋਈ ਸਾਧਨ ਨਹੀਂ। ਹੁਣ ਇੱਥੇ ਸਿਨੇਮਾ ਹੁਣ ਓਪਨ ਹੋਇਆ 2018 ਦੇ ਵਿੱਚ ਕਿ ਕਿੰਗ ਚੇਂਜ ਹੋਇਆ, ਹੁਣ ਥੋੜਾ ਉਹ ਜੰਗ ਆਇਆ ਮੁੰਡਾ, ਹੁਣ ਕਿੰਗ ਚੇਂਜ ਕੀਤਾ, ਕ੍ਰਾਊਨ ਪ੍ਰਿੰਸ ਉਹਦਾ ਬੇਟਾ ਮੁਹੰਮਦ ਬਿਨ ਸਲਮਾਨ ਕਿੰਗ, ਕ੍ਰਾਊਨ ਪ੍ਰਿੰਸ ਜ਼ਿਆਦਾ ਜਾਣੀ ਕਿ ਐਕਟੀਵਿਟੀ ਉਹਦੀ ਹੈ ਕ੍ਰਾਊਨ ਪ੍ਰਿੰਸ ਦੀ। ਤੇ ਉਹਦੇ ਬਾਅਦ ਵਿੱਚ ਹੁਣ ਹੋਇਆ ਥੋੜਾ ਓਪਨ ਇੱਥੇ, ਜਦੋਂ ਦਾ ਮੈਂ 2012 ਦੇ ਵਿੱਚ ਮੈਂ ਇੱਥੇ ਆਇਆ ਸੀ, 8 ਈਅਰ ਮੈਨੂੰ ਕੰਪਲੀਟ ਹੋ ਗਿਆ। ਤੇ ਪਹਿਲੇ ਤਾਂ ਕੁਛ ਵੀ ਨਹੀਂ ਸੀ, ਇੱਦਾਂ ਦਾ ਬੰਦਾ ਡਰਦਾ ਸੀ, ਬਟ ਨੰਬਰ 1 ਤੇ ਜੇ ਆਪਾਂ ਨੂੰ ਆਪਾਂ ਹੋਰ ਪ੍ਰੋਸਪੈਕਟਸ ਤੋਂ ਦੇਖਦੇ ਹਾਂ, ਸੇਵ ਲੇਡੀਜ਼ ਵਾਈਜ਼, ਮੇਰੀ ਹੁਣ ਫੈਮਿਲੀ ਇੱਥੇ ਆ, ਤੁਸੀਂ ਰਾਤ ਨੂੰ 12 ਵਜੇ ਵੀ ਰੋਡ ਤੇ ਤੁਰੇ ਜਾਂਦੇ ਨਾ, ਕਿਸੇ ਦੀ ਮਜ਼ਾਕ ਨਹੀਂ, ਤੁਹਾਡੇ ਵੱਲੋਂ ਅੱਖ ਚੱਕ ਕੇ ਵੀ ਦੇ ਦਿਓ, ਪੈਦਲ ਤੁਰੇ ਜਾਂਦੇ ਇੱਕ ਗਲੀ ਦੇ ਵਿੱਚ, ਰੋਡ ਨੂੰ ਤੁਸੀਂ ਛੱਡੋ ਸੇਫਟੀ ਵਾਈਜ਼। ਨੰਬਰ 2 ਤੇ ਤੁਸੀਂ ਕਿੱਥੇ ਆਪਣਾ ਖਰਚਾ ਕਿੱਥੇ ਕਰ ਲਓਗੇ, ਕੋਈ ਇੱਥੇ ਦਾ ਇੱਦਾਂ ਹੈ ਨੀ ਗਾ ਵੀ ਆਪਣਾ ਕੋਈ ਡਰਿੰਕਿੰਗ ਦਾ ਕੋਈ ਹੈ ਨੀ ਗਾ, ਕੋਈ ਹੋਰ ਨਹੀਂ, ਸੇਵਿੰਗ ਹੀ ਸੇਵਿੰਗ ਆ ਇੱਥੇ। ਜੇ ਆਪਾਂ ਕੋਈ ਹੁਣ ਮੈਂ ਤੁਹਾਨੂੰ ਆਪਣਾ ਐਗਜ਼ਾਮਪਲ ਦਿੰਦਾ, ਟੈਕਸ ਜ਼ੀਰੋ ਇੰਪਲੀਮੈਂਟ ਫਾਰ ਦਾ ਵੈਟ 2018 5%, ਦੈਨ ਨਾਓ 2020 ਇਜ਼ ਦਾ 15%, ਦੈਨ ਓਨਲੀ ਸੇਲ, ਨਾਟ ਫਾਰ ਦਾ ਸੈਲਰੀ, ਓਨਲੀ ਸੇਲ। ਉਸ ਤੋਂ ਬਾਅਦ 2012 ਦੇ ਵਿੱਚ ਮੈਂ ਆਪਣੀ ਥੋੜੀ ਐਗਜ਼ਾਮਪਲ ਦਿੰਦਾ ਕਿ ਮੈਂ ਆਇਆ ਸੀ, ਮੈਂ ਆਪਣਾ ਅਕਾਊਂਟਿੰਗ ਅਸਿਸਟੈਂਟ ਤੋਂ ਕੰਮ ਸ਼ੁਰੂ ਕੀਤਾ 2012 ਦੇ ਵਿੱਚ, ਨਾਓ ਆਈ ਐਮ ਅਕਾਊਂਟ ਮੈਨੇਜਰ। ਇੱਕ ਸਟੇਜ ਤੋਂ ਆਪਾਂ ਹੁੰਦੇ ਗਏ ਤੇ ਆਪਾਂ ਨੂੰ ਇੱਕ ਤਾਂ ਐਕਸਪਲੋਜਰ ਮਿਲਿਆ ਫੋਰਨ ਦਾ ਕਿ ਆਪਾਂ ਕੰਮ ਕਰਨ ਦਾ ਤਰੀਕਾ ਆਪਾਂ ਨੂੰ ਪਤਾ ਲੱਗਾ ਕਿੱਦਾਂ ਇੱਥੇ ਕੰਮ, ਇੰਡੀਆ ਨਾਲੋਂ ਡਿਫਰੈਂਟ ਆ। ਮੈਂ CA ਦੇ ਕੋਲ ਉੱਤੇ 1.5 ਸਾਲ ਕੰਮ ਕੀਤਾ, 5,000 ਤੋਂ ਸੈਲਰੀ ਸ਼ੁਰੂ ਹੋ ਕੇ ਮੈਨੂੰ 15,000 ਰੁਪਇਆ ਦਿੰਦਾ ਸੀ 1.5 ਸਾਲ ਦੇ ਵਿੱਚ ਐਜ਼ ਏ ਅਕਾਊਂਟੈਂਟ। ਹੁਣ ਮੈਂ ਅਕਾਊਂਟ ਮੈਨੇਜਰ ਹਾਂ ਇੱਥੇ, ਤੇ ਇੱਥੇ ਇੱਕ ਤੁਹਾਨੂੰ ਨਾ ਕੰਮ ਦਾ ਇੱਕ ਸਕੈਜੂਲ ਬਣ ਜਾਂਦਾ ਕਿ ਇੰਨੇ ਘੰਟੇ ਕੰਮ ਆ, ਇੰਨਾ ਘੰਟਾ ਓਵਰ ਟਾਈਮ ਆ, ਆਹ ਤੁਹਾਨੂੰ ਅਲਾਊਂਸ ਮਿਲਣੇ ਆ, ਤੁਹਾਡਾ ਟਰੈਵਲਿੰਗ ਅਲਾਊਂਸ ਮਿਲਣਾ, ਤੁਹਾਡਾ ਫੂਡ ਅਲਾਊਂਸ ਮਿਲਣਾ, ਤੁਹਾਡਾ ਕਾਰ ਅਲਾਊਂਸ ਮਿਲਣਾ, ਤੇ ਇਹ ਚੀਜ਼ਾਂ ਆਪਾਂ ਨੂੰ ਉੱਥੇ ਨਹੀਂ, ਆਪਾਂ ਸੋਚ ਵੀ ਨਹੀਂ ਸਕਦੇ ਆਪਾਂ ਨੂੰ ਮਿਲੂਗੇ ਉੱਥੇ। ਇਹ ਤਾਂ ਹੈਗਾ ਇਸ ਕੰਟਰੀ ਵਾਈਜ਼, ਕੰਟਰੀ ਮੈਨੂੰ ਤਾਂ ਬਹੁਤ ਬੈਸਟ ਲੱਗੀ ਆ ਕਿ ਇਹਦੇ ਵਿੱਚ, ਮੈਨੂੰ ਨਹੀਂ ਲੱਗਦਾ ਕਿਉਂ ਲੋਕੀ ਡਰਦੇ, ਜਦ ਅਸੀਂ ਕੋਈ ਗਲਤ ਕੰਮ ਕਰਦੇ ਹੀ ਨਹੀਂ ਤਾਂ ਡਰ ਕਿਹੜੀ ਗੱਲ ਦਾ।
That's good idea. ज्यादा That's पर good. गलत, हाँ ज्यादा पर कुछ गलत काम कर देने, कोई आपा नशे वगैरह दा कोई है नहीं गा इत्थे, कोई आपा नु गलत संगत दे विच जान दा है नहीं गा। तुसीं अपने जॉब ते आउंदे हो, जॉब तो बाद एंजॉयमेंट करो, सिनेमा हॉल है कि हुण बाकी पार्क है कि तुसीं जाओ उत्थे अपनी फैमिली दे नाल, नो प्रॉब्लम। क्या मैं तुहानूं पूछ सकदा पर्सनल सवाल कि भी किन्नी तनख्वाह है अकाउंट मैनेजर दी इन सऊदी रियाल पर मंथ? मोटा मोटा दस दो, भावें अगर जे स्पेसिफिक नहीं दसना तो दस सके। सर मेरी 6,000, 6,000 रियाल? 6,000 रियाल मेरी बेसिक सैलरी आ, ओवन टाइम पा के मैनू अप्रोक्सीमेटली 8,500 ने। हाँ, सो करीब करीब मेरे ख्याल है कि टोटल 8,000 का बनता है, करीब करीब कैनेडियन डॉलर बनते करीब 2,500 डॉलर, 2,500-3,000 डॉलर। इत्थे सर फिक्स किया इन्होंने प्राइस है कि इन्हां दा होर बेनिफिट आ, अमेरिकन डॉलर पाबंदी घट जाए चाहे बढ़ जाए, इन्हां दा एक ही रेट रहना 3.75। अच्छा, ये मैंने नहीं पता सी। अच्छा, उन्होंने पैग नहीं किया अमेरिकन डॉलर ना, उधर नहीं किया उस नो कभी। नो नो नो, चाहे रेट बढ़ जाए चाहे वर्ड दे थले डबी ना, तो एक ही रहना 3.75, क्योंकि इतने पेट्रोलियम ना बहुत उन्होंने टाई अप्स है ना अमेरिका दे समझ गया पेट्रोलियम कंपनी। हाँ जी हाँ जी, तो समझ गया, फ्लक्चुएशन में कुछ अप्रोक्सी नहीं। अप्रोक्सीमेटली थी जन के 3,750 रहा, 1,000 अमेरिकन डॉलर बन जाए। या ठीक है, या दैट्स गुड, दैट्स गुड। या थैंक यू वेरी मच फॉर जिहड़े तुसीं इन्फॉर्मेशन दित्ती है। जिहड़े लोग एक्चुअली मिडिल ईस्ट तो कई बार मैनूं कॉल भी करदे हैं ते इनक्वायरी करदे हैं, उन्हां दे मन च है कि सानूं जिथे ना जिहड़े जो टेक्निकल काम कर रहे हैं, जिस तरह प्लम्बर है, इलेक्ट्रीशियन है, कोई क्रेन ऑपरेटर है वगैरह वगैरह, जिस तरह जिहड़े टेक्निकल ट्रेड का काम करते हैं, उन्हां दे मन च है कि भी मैनूं रेड सील मिल जाए, या तो पहला कहते कि सानूं जॉब मिल जाए। जॉब मिलनी नहीं क्योंकि दे आर नॉट सर्टिफाइड, दे डोंट हैव एक्सपीरियंस एज कंपेयरेबल टू कैनेडा, तो वो सोचते हैं कि रेड सील मिल जाए। उन्होंने लोगों ने मैं सिर्फ कई बार मतलब उन्होंने मैं कहना कि भी तुसी वीडियो देख लो, कहते वीडियो तो देखने का टाइम नहीं है, तुसी उदा ही दस दो रेड सील बारे। तो मैं कनाडा उन्होंने जाने जे का टाइम है बस। बस जी उन्होंने ये कि वीज़ा मिल जाए जी, टैक्सी बाहर खड़ी है जी, फ्लाइट चढ़ जाओ, बस बस सानू कुछ होर कुछ करना करना ना पे। तो उन्होंने हाँ मैं जेडे भी हूँ सऊदी में जेडे लोग काम कर रहे हैं, स्पेशली जेडे लेबर क्लास है या टेक्निकल काम करना है, उन्होंने मैं सिर्फ दो गल्लां कहनी है तुहाडे थ्रू हाँ जी कि जे ते अगर तुसी अगर ਤੁਹਾਡੇ ਕੋਲ ਮਿਨੀਮਮ 5 ਈਅਰ 6 ਈਅਰਸ ਦਾ ਐਕਸਪੀਰੀਅੰਸ ਹੈ, ਯੂ ਨੀਡ ਟਿਪੀਕਲੀ ਦੈਟ ਐਕਸਪੀਰੀਅੰਸ, ਐਟਲੀਸਟ ਜੋ ਵੀ ਟ੍ਰੇਡ ਹੈ, ਭਾਵੇਂ ਇਲੈਕਟ੍ਰੀਸ਼ਨ ਹੈ, ਪਲੰਬਰ ਹੈ, ਟ੍ਰੇਡ ਹੈ, ਇਹ ਸਾਰੀ ਟ੍ਰੇਡ ਦੀ ਓਕੂਪੇਸ਼ਨ ਲਿਸਟ ਕੈਨੇਡੀਅਨ ਗਵਰਨਮੈਂਟ ਦੀ ਵੈਬਸਾਈਟ ਦਿੱਤੀ ਹੋਈ ਹੈ, ਤੁਸੀਂ ਜਾ ਕੇ ਰੈਗੂਲੇਟਡ ਟ੍ਰੇਡ ਓਕੂਪੇਸ਼ਨ ਟਾਈਪ ਕਰੋ ਗੂਗਲ 'ਤੇ, ਆ ਜਾਏਗੀ ਸਾਰੀ ਲਿਸਟ। ਸੋ ਜਸਟ ਜਸਟ ਮੋਟਾ ਮੋਟਾ ਆਪਾਂ ਲੈ ਕੇ ਚੱਲਦੇ ਹਈਏ, ਜਸਟ ਫੋਰ ਐਗਜ਼ਾਮਪਲ ਆਫ ਲੈਟਸ ਸੇ ਇਫ ਸਮਬਡੀ ਇਜ਼ ਇਲੈਕਟ੍ਰੀਸ਼ੀਅਨ, ਅਤੇ ਤੁਸੀਂ ਅਗਰ ਮਿਡਲ ਈਸਟ ਕੰਮ ਕਰ ਰਹੇ ਹੋ, ਭਾਵੇਂ ਇੰਡੀਆ ਵੀ ਕੰਮ ਕਰਕੇ ਆਏ ਹੋ, ਜੇ ਤੁਹਾਡੇ ਕੋਲ ਮਿਨੀਮਮ 5 ਈਅਰਸ ਦਾ ਐਕਸਪੀਰੀਅੰਸ ਹੈ, ਆਪਣੇ ਐਕਸਪੀਰੀਅੰਸ ਲੈਟਰਸ ਇਕੱਠੇ ਕਰੋ। ਐਕਸਪੀਰੀਅੰਸ ਲੈਟਰਸ ਮੀਨਸ ਉਹਨਾਂ ਦਾ ਜੋਬ ਐਕਸਪੀਰੀਅੰਸ ਲੈਟਰ, ਪੇ ਸਲਿੱਪ, ਪੇ ਸਟੱਬ, ਸੈਲਰੀ ਸਲਿੱਪ ਦੇ ਕੇ ਇਕੱਠੇ ਕਰੋ, ਅਤੇ ਕਿਸੇ ਵੀ ਜੋ ਸੂਬੇ ਦੀ ਪ੍ਰੋਵਿੰਸ ਹੈ, ਜੋ ਜੋ ਸੂਬਾ ਜਿਹੜਾ ਜੋ ਪ੍ਰੋਵਿੰਸ਼ੀਅਲ ਵੈਬਸਾਈਟ ਹੈ ਸਾਡੀ ਜਿਹੜੀ ਅਲਬਰਟਾ ਹੈ, ਓਨਟਾਰੀਓ ਹੈ, ਹਰੇਕ ਦੇ ਸਿਸਟਮ ਇੱਕ ਐਗਜ਼ਾਮੀਨੇਸ਼ਨ ਸਿਸਟਮ ਵੱਖਰਾ ਹੈ। ਸੋ ਲੈਟਰਸ ਅਸਿਊਮ ਕੇ ਵੀ ਦੇ ਆਰ ਕਮਿੰਗ ਟੂ ਅਲਬਰਟਾ, ਲੈਟਸ ਮਾਈ ਸੀ ਯੂ ਗੋ ਟੂ ਅਲਬਰਟਾ, ਉਹਨਾਂ ਦੇ ਜਾਓ, ਉੱਥੇ ਜਾ ਕੇ ਆਪਣੀ ਐਪਲੀਕੇਸ਼ਨ ਭਰਨੀ ਹੈ, ਐਕਸਪੀਰੀਅੰਸ ਬੇਸਡ ਔਨ ਐਕਸਪੀਰੀਅੰਸ। ਐਪਲੀਕੇਸ਼ਨ ਦੇ ਅੱਜ ਕੱਲ੍ਹ ਮੇਰੇ ਖਿਆਲ $500 ਲੈ ਰਹੇ ਹੈ ਪ੍ਰੋਸੈਸਿੰਗ ਚਾਰਜ, ਤੁਸੀਂ ਐਪਲੀਕੇਸ਼ਨ ਭਰੋ, ਐਕਸਪੀਰੀਅੰਸ ਆਪਣਾ ਜਮ੍ਹਾਂ ਕਰੋ, ਉਹਨਾਂ ਨੂੰ ਦਿਖਾਓ ਕਿ ਵਟ ਇਜ਼ ਐਕਸਪੀਰੀਅੰਸ, ਇਹ ਹੈ ਕਿ ਜਸਟ ਵੇਟ ਫੋਰ ਦੈਮ, ਅਤੇ ਫਿਰ ਉਹਨਾਂ ਨੇ ਤੁਹਾਨੂੰ ਕਾਲ ਕਰਨਾ ਹੈ ਫੋਰ ਟ੍ਰੇਡ ਐਗਜ਼ਾਮੀਨੇਸ਼ਨ, ਵਿਚ ਇਜ਼ ਸਮਟਾਈਮਸ ਰਿਟਨ ਐਂਡ ਓਰਲ ਬੋਥ ਔਰ ਜਸਟ ਸਮਟਾਈਮਸ ਰਿਟਨ। ਸੋ ਉਹਦੇ ਲਈ ਤੁਸੀਂ ਫਿਰ ਵਿਜ਼ਿਟ ਵੀਜ਼ਾ ਅਪਲਾਈ ਕਰ ਸਕਦੇ ਹੋ। ਵਿਜ਼ਿਟ ਵੀਜ਼ਾ ਅਗਰ ਤੁਹਾਨੂੰ ਨਹੀਂ ਮਿਲਦਾ, ਦੈਨ ਯੂ ਕੈਨ ਕਮ ਟੂ ਮੀ, ਡੋਂਟ ਕਮ ਟੂ ਮੀ ਬਿਫੋਰ ਦੈਟ, ਕਿਉਂਕਿ ਲੋਕ ਮੈਨੂੰ ਡਾਇਰੈਕਟਲੀ ਰੈਜ਼ਿਊਮੇ ਭੇਜੀ ਜਾਂਦੇ ਕਿ ਮੇਰਾ ਕਰਾ ਦਿਉ ਜੀ, ਪਹਿਲਾਂ ਤੁਸੀਂ ਰਜਿਸਟ੍ਰੇਸ਼ਨ ਕਰ ਦਿਉ। ਮੈਂ ਕਿਹਾ ਮੈਂ ਨਹੀਂ ਕਰਾ ਸਕਦਾ, ਕਿਉਂਕਿ ਤੁਸੀਂ ਪਹਿਲਾਂ ਆਪਣਾ ਐਕਸਪੀਰੀਅੰਸ ਸੁਣਾ ਦਿਉ, ਪਹਿਲਾਂ ਵੈਰੀਫਾਈ ਟੈਸਟ ਕਰਾਓ, ਫਿਰ ਦੇਖਾਂਗੇ। ਸੋ ਹਾਂ, ਵਿਜ਼ਿਟ ਵੀਜ਼ਾ ਲਈ ਅਗਰ ਜੇ ਕਿਸੇ ਨੂੰ ਅਗਰ ਕੋਈ ਇਨਵੀਟੇਸ਼ਨ ਆਈ ਹੈ ਕਿ ਵੀ ਤੁਸੀਂ ਐਗਜ਼ਾਮੀਨੇਸ਼ਨ ਦੇਣਾ ਹੈ ਆ ਕੇ ਕੈਨੇਡਾ, ਆਈ ਕੈਨ ਟੇਕ ਦਾ ਕੇਸ, ਮੈਂ ਉਹਨਾਂ ਦੇ ਵਿਜ਼ਿਟ ਵੀਜ਼ਾ ਕਰ ਸਕਦਾ। ਮੈਂ 2-3 ਕੇਸ ਕੀਤੇ ਹੋਏ ਆ, ਉਹਨਾਂ ਦੇ ਮੈਂ ਟੈਸਟੀਮੋਨੀ ਵੀ ਪਾਇਆ ਯੂਟਿਊਬ 'ਤੇ, ਅੱਜ ਕੱਲ੍ਹ ਉਹ ਲੱਗੇ ਹੋਏ ਆ ਉਹਨਾਂ ਦੇ ਵੀਜ਼ੇ। ਸੋ ਇੱਕ ਵਾਰ ਜਦ ਤੁਸੀਂ ਕੈਨੇਡਾ ਆ ਗਏ, ਤੁਸੀਂ ਟੈਸਟ ਦਿਓਗੇ, ਟੈਸਟ ਦੇਣ ਦੇ ਬਾਅਦ ਅਗਰ ਜੇ ਪਾਸ ਹੋ ਗਿਆ, ਤੁਹਾਨੂੰ ਇੱਕ ਕੁਆਲੀਫਿਕੇਸ਼ਨ ਸਰਟੀਫਿਕੇਟ ਮਿਲ ਜਾਏਗਾ ਵਿਚ ਇਜ਼ ਐਜ਼ ਗੁੱਡ ਐਜ਼ ਅ ਰੈੱਡ ਸੀਲ। ਉਸ ਐਕਸਪੀਰੀਅੰਸ ਲੈਟਰ ਤੋਂ, ਉਸ ਜਿਹੜਾ ਉਹ ਕੁਆਲੀਫਿਕੇਸ਼ਨ ਲੈਟਰ ਤੋਂ ਤੁਹਾਡੀ ਲੋਟਰੀ ਖੁੱਲ ਜਾਏਗੀ, ਕਿਉਂਕਿ ਤੁਹਾਨੂੰ ਫਿਰ ਕਿਸੇ ਵੀ ਇੰਪਲੋਇਰ 'ਤੇ ਅਗਰ ਜੇ ਕੰਮ ਕਰਨਾ ਹੈ ਤਾਂ ਤੁਹਾਨੂੰ ਉਹ ਕੌਨਫੀਡੈਂਟਲੀ ਤੁਹਾਨੂੰ ਨੌਕਰੀ ਦੇ ਸਕਦਾ ਹੈ, ਅਤੇ ਤੁਹਾਡੀ ਜਿਹੜੀ ਅਗਰ ਐਕਸਪ੍ਰੈਸ ਐਂਟਰੀ ਵੀ ਤੁਹਾਡੇ ਪੁਆਇੰਟਸ ਹੈ, ਟ੍ਰੇਡ ਕਲਾਸ ਵੀ ਤੁਹਾਡੀ ਐਲੀਜੀਬਿਲਟੀ ਬਣ ਜਾਏਗੀ, ਬਾਕੀ ਨੌਕਰੀ ਤਾਂ ਤੁਹਾਨੂੰ ਵੀ ਇਨੀਸ਼ਲੀ ਔਨ ਵਰਕ ਪਰਮਿਟ ਦੇ ਸਕਦਾ, ਵੀਜ਼ਾ ਆਫਿਸਰ ਵੀ ਤੁਹਾਨੂੰ ਖੁਸ਼ ਹੋ ਕੇ ਵਰਕ ਪਰਮਿਟ ਦੇਗਾ। ਸੋ ਮਾਈ ਮੈਸੇਜ ਇਜ਼ ਡੂ ਇਟ ਔਨ ਯੋਰ ਓਨ, ਗੋ ਟੂ ਐਨੀ ਵੈਬਸਾਈਟ, ਗੋ ਟੂ ਲੈਟਸ ਸੇ ਅਲਬਰਟਾ, ਓਨਟਾਰੀਓ, BC, ਉੱਥੇ ਜਾ ਕੇ ਟ੍ਰੇਡ ਦੀ ਲਿਸਟ ਦਿੱਤੀ ਹੋਈ ਹੈ, ਦੇ ਹੈਵ ਦਾ ਐਕਸਪੀਰੀਅੰਸ ਕਿ ਕਿੰਨਾ ਐਕਸਪੀਰੀਅੰਸ ਚਾਹੀਦਾ ਸਾਨੂੰ। ਯੂ ਫਿਲ ਅਪ ਦ ਫਾਰਮਸ ਐਂਡ ਅਪਲਾਈ ਔਨ ਯੋਰ ਓਨ, ਡੋਂਟ ਗੋ ਥਰੂ ਕੰਸਲਟੈਂਟ, ਕਿਸੇ ਲੋਅਰ ਕੋਲ ਪੈਸੇ ਦੇਣ ਦੀ ਲੋੜ ਨਹੀਂ, ਲੋਅਰ ਕੋਲ ਜਾਣ ਦੀ ਲੋੜ ਨਹੀਂ ਹੈ, ਇਹ ਸਾਰਾ ਕੰਮ ਇਨੀਸ਼ੀਅਲ ਕੰਮ ਆਪਣੇ ਆਪ ਕਰੋ। ਜਦ ਵਿਜ਼ਿਟ ਵੀਜ਼ਾ ਲੈਣਾ ਹੈ, ਵਿਜ਼ਿਟ ਵੀਜ਼ਾ ਵੀ ਆਪਣੇ ਆਪ ਕਰ ਲਓ ਅਪਲਾਈ। ਆਈ ਡੋਂਟ ਵਾਂਟ ਟੂ ਟਾਕ ਅਬਾਊਟ ਵਿਜ਼ਿਟ ਵੀਜ਼ਾ ਰਾਈਟ ਨਾਓ ਬਿਕੋਜ਼ ਇਟਸ ਅ ਲੌਂਗ ਡਿਸਕਸ਼ਨ,
ਜੇ ਵਿਜ਼ਿਟ ਵੀਜ਼ਾ ਅਗਰ ਬਾਈ ਚਾਂਸ ਅਗਰ ਇੱਕ ਵਾਰ ਦੋ ਵਾਰ ਰਿਫਿਊਜ਼ ਹੋ ਗਿਆ ਦੈਨ ਯੂ ਕੈਨ ਕਮ ਟੂ ਮੀ ਨਾਟ ਬਿਫੋਰ ਸੋ ਦਿਸ ਇਜ਼ ਮਾਈ ਮੈਸੇਜ ਜਿੰਨੇ ਵੀ ਜਿੰਨੇ ਟ੍ਰੇਡ ਲੋਕ ਕੰਮ ਕਰ ਰਹੇ ਹੈ ਇਨ ਇਨ ਸਾਊਦੀ ਐਂਡ ਮਿਡਲ ਈਸਟ ਏਰੀਆ ਆਖਰੀ ਆਖਰੀ ਚੀਜ਼ ਜਿਹੜੀ ਮੈਂ ਟੱਚ ਕਰਨੀ ਹੈ ਉਹ ਹੈ ਕਰੀਅਰ ਪਲੈਨਿੰਗ ਜਿੰਨੇ ਵੀ ਸਟੂਡੈਂਟ ਹੈ ਭਾਵੇਂ ਉਹ ਮਿਡਲ ਈਸਟ ਤੋਂ ਆ ਰਹੇ ਹੈ ਇੰਡੀਆ ਤੋਂ ਆ ਰਹੇ ਹੈ ਨੋਰਮਲੀ ਮੈਂ ਦੇਖਦਾ ਅਤੇ ਮੈਨੂੰ ਬੜਾ ਅਫਸੋਸ ਹੁੰਦਾ ਕਿ ਉਹਨਾਂ ਦਾ ਫੋਕਸ ਇਹ ਹੈ ਕਿ ਵੀ ਸਾਨੂੰ ਵੀਜ਼ਾ ਕਿਸੇ ਤਰੀਕੇ ਨਾਲ ਮਿਲ ਜਾਏ ਬਸ ਸਾਡੀ ਪਲੈਨਿੰਗ ਇਹ ਹੈ ਕਿ ਕੈਨੇਡਾ ਪਹੁੰਚਣਾ ਹੀ ਸਾਡੀ ਪਲੈਨਿੰਗ ਹੈ ਬਸ ਹੋਰ ਕੁਛ ਨਹੀਂ ਹੈ ਸਪੈਸ਼ਲੀ ਜਿਹੜੇ ਸਟੂਡੈਂਟ ਹੈ ਸਟੂਡੈਂਟਾਂ ਨੂੰ ਇਨ ਐਡਵਾਂਸ ਸੋਚਣਾ ਚਾਹੀਦਾ ਕਿ ਵੀ ਅਸੀਂ ਕਰਨਾ ਕੀ ਹੈ ਕੈਨੇਡਾ ਜਾ ਕੇ ਕਿਹੜੇ ਕਿਹੜੇ ਓਕੂਪੇਸ਼ਨ ਵਿੱਚ ਜੋਬ ਨਿਕਲ ਰਹੀ ਹੈ ਕਿਹੜੀ ਸਨਰਾਈਜ਼ ਇੰਡਸਟਰੀ ਹੈ ਕਿਹਦੇ 'ਚ ਜੋਬ ਅੱਗੇ ਨੈਕਸਟ 20 ਈਅਰਸ ਡਿਵੈਲਪ ਹੋਣੀ ਹੈ ਕਿੱਥੇ ਡਿਮਾਂਡ ਹੈ ਮੈਜੋਰਟੀ ਆਫ ਦ ਸਟੂਡੈਂਟਸ ਆ ਓਨਲੀ ਸਟੱਡਿੰਗ ਜਿੰਨਾ ਕੁ ਉਹਨਾਂ ਨੂੰ ਲੋਡ ਹੈ ਜਿੰਨਾ ਮਤਲਬ ਕਿ ਏਜੰਟ ਨੇ ਉਹਨਾਂ ਨੂੰ ਫਸਾ ਦਿੱਤਾ ਕਿ ਵੀ ਤੁਸੀਂ ਇਹ ਛੋਟਾ ਮੋਟਾ ਡਿਪਲੋਮਾ ਆਫਿਸ ਮੈਨੇਜਮੈਂਟ ਕਰ ਲਓ ਜੀ ਹੋਸਪਿਟੈਲਿਟੀ ਮੈਨੇਜਮੈਂਟ ਕਰ ਲਓ ਕੋਈ ਕਹਿੰਦੀ ਚਾਈਲਡ ਕੇਅਰ ਕਰ ਲਓ ਜੀ ਕੋਈ ਫਲਾਨਾ ਕਰ ਲਓ ਛੋਟੇ ਮੋਟੇ ਕੋਰਸਿਸ ਵਿੱਚ ਜਿੱਥੇ ਉਹਨਾਂ ਦਾ ਦਾਅ ਲੱਗ ਜਾਏ ਵੀ ਕਲਕ ਕਾਲਜ ਐਡਮਿਸ਼ਨ ਕਿਉਂਕਿ ਉੱਥੇ ਕਮਿਸ਼ਨ ਮਿਲਣੀ ਹੈ ਕਾਲਜ ਐਡਮਿਸ਼ਨ ਹੋ ਗਿਆ ਜੀ ਵੀਜ਼ਾ ਲੱਗ ਗਿਆ ਤੁਹਾਡੇ ਆਈਲੈਸ ਹੈ ਮਾਰਕਸ ਹੈ ਜੀ ਵੀਜ਼ਾ ਲੱਗ ਗਿਆ ਚਲ ਬਈ ਬੰਦਾ ਸਾਡਾ ਕੈਨੇਡਾ ਪਹੁੰਚ ਗਿਆ ਉਹਦੇ ਬਾਅਦ ਜੋ ਕਰੇ ਨਾ ਕਰੇ ਵੀ ਡੋਂਟ ਕੇਅਰ ਮੈਜੋਰਟੀ ਆਫ ਸਟੂਡੈਂਟ ਆਈ ਵੁੱਡ ਸੇ ਮੋਰ ਦੈਨ 50% ਸਟੂਡੈਂਟ ਇਸ ਵਕਤ ਜਿਹੜੇ ਓਨਟਾਰੀਓ ਬੈਠਾ ਹੋਇਆ ਜਿਹੜੇ ਇੰਡੀਆ ਤੋਂ ਆਏ ਹੈ ਜਿਹੜੇ ਛੋਟੇ ਛੋਟੇ ਕੋਰਸਿਸ ਵਿੱਚ ਆਏ ਹੋਏ ਦੇ ਆਰ ਆਊਟ ਆਫ ਜੋਬ ਦੇ ਹੈਵ ਨੋ ਜੋਬਸ ਬੜੀ ਹੈਰਾਨੀ ਵਾਲੀ ਗੱਲ ਹੁੰਦੀ ਹੈ ਕਿ ਅੱਜ ਕੱਲ੍ਹ ਉਹ ਵੀ ਮਤਲਬ ਕਿ ਜਿਹੜਾ ਸਟੂਡੈਂਟ ਆਲਰੇਡੀ 15-16 lakh ਲਾ ਕੇ ਆਇਆ ਕੈਨੇਡਾ ਪਹੁੰਚ ਗਿਆ ਉਹਨੇ 2 ਸਾਲ ਦਾ ਡਿਪਲੋਮਾ ਵੀ ਕਰ ਲਿਆ ਬਾਕੀ ਸਭ ਕੁਛ ਕੰਮ ਵੀ ਕਰ ਲਿਆ ਪਾਰਟ ਟਾਈਮ ਕੰਮ ਕਰ ਲਿਆ ਹੁਣ ਉਹ ਮਤਲਬ ਇਹ ਸੋਚਦਾ ਹੈ ਕਿ ਵੀ ਸਾਨੂੰ ਜੋਬ ਕਿੱਥੋਂ ਮਿਲੇਗੀ ਪੀ ਆਰ ਕਿੱਥੋਂ ਲੱਗਣੀ ਹੈ ਕਿਉਂਕਿ ਜੋਬ ਹੈ ਹੀ ਨਹੀਂ ਹੈ ਐਂਡ ਦੈਨ ਦੇ ਹੈਵ ਟੂ ਗੋ ਟੂ ਫਾਈਂਡ ਸਮ ਅਦਰ ਯੂ ਨੋ ਲਾਈਕ ਅ ਨੋਨ ਫੀਲਡ ਰਿਲੇਟਡ ਜੋਬ ਕਰੋ ਜਾਂ ਕੋਈ ਹੋਰ ਕੋਈ ਕਰੋ ਕਿਸੇ ਨੂੰ ਪੈਸੇ ਦਿਓ LMI ਉਹ ਸਾਰਾ ਕਰਪਸ਼ਨ ਸ਼ੁਰੂ ਹੋ ਜਾਂਦਾ ਉਹਦੇ ਬਾਅਦ ਇਸ ਕਰਕੇ ਮੇਰੀ ਗੁਜ਼ਾਰਿਸ਼ ਹੈ ਕਿ ਵੀ ਤੁਸੀਂ ਪਹਿਲਾਂ ਹੀ ਸੋਚ ਕੇ ਆਓ ਕਿ ਵਟ ਇਜ਼ ਯੋਰ ਫਿਊਚਰ ਤੁਸੀਂ ਕਰਨਾ ਕੀ ਹੈ ਮੇਨ ਜਿਹੜੇ ਅੱਜ ਕੱਲ੍ਹ ਓਕੂਪੇਸ਼ਨ ਜਿਹੜੀ ਗਰੋਥ ਹੈ ਉਹ ਹੈ ਹੈਲਥ ਕੇਅਰ ਇੰਡਸਟਰੀ ਦੀ ਗਰੋਥ ਹੈ ਇਨ ਕੈਨੇਡਾ ਕਿਉਂਕਿ ਕੋਵਿਡ ਕਰਕੇ ਐਨੀਥਿੰਗ ਰਿਲੇਟਡ ਟੂ ਡੈਂਟਿਸਟਰੀ ਮੈਡੀਸਨ ਫਾਰਮੇਸੀ ਫਿਜ਼ੀਓਥੈਰੇਪੀ ਨਰਸਿੰਗ ਅਸਿਸਟੈਂਟ ਐਨੀਥਿੰਗ ਸਾਈਕੋਲੋਜੀਕਲ ਸਰਵਿਸਿਸ ਸਾਈਕੈਟ੍ਰਿਕ ਸਰਵਿਸਿਸ ਜੋ ਵੀ ਹੈਲਥ ਸਾਇੰਸਿਸ ਯੂ ਨੋ ਹੈਲਥ ਕਲਰਕ ਔਰ ਯੂ ਨੋ ਹੈਲਥ ਕੇਅਰ ਅਸਿਸਟੈਂਟ ਕੇਅਰ ਗਿਵਰ ਜਿੰਨੇ ਵੀ ਹੈਲਥ ਤੋਂ ਰਿਲੇਟਡ ਕੋਰਸਿਸ ਹੈ ਹੈਲਥ ਦੇ ਆਰ ਆਲਵੇਜ਼ ਇਨ ਡਿਮਾਂਡ ਜੇ ਅਗਰ ਪੋਸੀਬਿਲਿਟੀ ਹੈ ਤਾਂ ਤੁਸੀਂ ਹੈਲਥ ਦਾ ਕੋਰਸਿਸ ਲਓ ਹੈਲਥ ਦੀ ਹਮੇਸ਼ਾ ਡਿਮਾਂਡ ਲੱਗੀ ਜੇ ਅਗਰ ਹੈਲਥ ਤੁਹਾਡਾ ਅਗਰ ਫੀਲਡ ਨਹੀਂ ਹੈ ਸੋ ਸਪੋਜ਼ ਤੁਸੀਂ ਬਾਇਓਲੋਜੀ ਨਹੀਂ ਪੜ੍ਹੀ ਆ ਨਹੀਂ ਇੰਟਰਸਟ ਹੈ ਫਿਰ ਤੁਸੀਂ ਆ ਜਾਓ ਜਾਂ ਤਾਂ ਕੰਪਿਊਟਰ ਸਾਇੰਸ 'ਤੇ ਆ ਜਾਓ ਕੰਪਿਊਟਰ ਸਾਇੰਸ ਮੀਨਸ IT ਸਰਵਿਸਿਜ਼ IT ਸਿਕਿਉਰਿਟੀ IT ਕੋਈ ਪ੍ਰੋਗਰਾਮਿੰਗ ਇਸ ਤਰ੍ਹਾਂ ਦੀ ਕੋਈ ਡਿਜੀਟਲ ਮੀਡੀਆ ਐਨੀਮੇਸ਼ਨ ਇਸ ਤਰ੍ਹਾਂ ਦੇ ਕੋਰਸਿਸ ਆਓ ਬਾਕੀ ਜਿੰਨੇ ਵੀ ਸਾਰੇ ਕੋਰਸਿਸ ਹੈ ਜਿਹੜੇ ਨੋਰਮਲ ਬਿਜ਼ਨਸ ਮੈਨੇਜਮੈਂਟ ਕੋਰਸਿਸ ਹੈ ਆਫਿਸ ਮੈਨੇਜਮੈਂਟ ਫਲਾਨਾ ਫਲਾਨਾ ਸਾਰੇ ਕੋਰਸਿਸ ਹੈ ਸਮਥਿੰਗ ਕਾਲ ਪੀਪਲ ਆਲਵੇਸ ਥਿੰਕ ਅਬਾਊਟ ਗੇਨ IBM ਮੈਂ ਕਿਹਾ ਜੀ ਕੀ ਕਰੋ IBM ਕਰ ਰਹੇ ਜੀ IBM ਮਤਲਬ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਪਤਾ ਨਹੀਂ ਕਿਹੜਾ ਇੰਟਰਨੈਸ਼ਨਲ ਬਿਜ਼ਨਸ ਮਿਲ ਜਾਣੀ ਬਿਜ਼ਨਸ ਮੈਨੇਜਮੈਂਟ ਇਜ਼ ਦੀ ਵਰਸਟ ਕੋਰਸ ਐਵਰ ਟੂ ਡੂ ਫੋਰ ਐਨੀਬਡੀ ਬਿਕੋਜ਼ ਨਾ ਕੋਈ ਅੱਜ ਤੱਕ ਕੋਈ ਮੈਨੇਜਰ ਕੋਈ ਲੱਗਿਆ ਬਿਜ਼ਨਸ ਮੈਨੇਜਮੈਂਟ ਕਰਨ ਦੇ ਬਾਅਦ ਯੂ ਹੈਵ ਟੂ ਸਟਾਰਟ ਫਰੋਮ ਸਕ੍ਰੈਚ ਐਂਡ ਬਾਈ ਦ ਟਾਈਮ ਯੂ ਗੈਟ ਐਕਸਪੀਰੀਅੰਸ ਮੇ ਬੀ 10-15 saal ਬਾਅਦ ਫਿਰ ਜਾ ਕੇ ਤੁਸੀਂ ਪਹੁੰਚੋਗੇ ਉਸ ਲੈਵਲ 'ਤੇ ਸੋ ਇਸ ਵਕਤ ਇਹ ਛੋਟੇ ਮੋਟੇ ਕੋਰਸ 12th ਦੇ ਬਾਅਦ ਕਰਨਾ ਇਜ਼ ਅ ਸਟੂਪਿਡ ਵੇਸਟ ਆਫ ਟਾਈਮ ਮਾਈ ਓਨਲੀ ਮੈਸੇਜ ਇਜ਼ ਕਿ ਪਲੀਜ਼ ਪਲਾਨ ਅਹੈਡ ਕੈਨੇਡਾ ਦੀ ਗਵਰਨਮੈਂਟ ਦੀ ਵੈਬਸਾਈਟ 'ਤੇ ਕਾਫੀ ਦਿੱਤੇ ਹੋਏ ਆ ਓਕੂਪੇਸ਼ਨਲ ਪ੍ਰੋਫਾਈਲ ਦਿੱਤੀ ਹੋਈ ਹੈ ਹਰ ਇੱਕ ਓਕੂਪੇਸ਼ਨ ਦੀ ਉੱਥੇ ਜਾ ਕੇ ਦੇਖੋ ਉੱਥੇ ਲਿਖਿਆ ਹੋਏਗਾ ਕਿ ਵੀ ਇਹ ਗਰੋਥ ਹੈ ਕਿ ਵੀ ਸਟੈਂਡ ਸਟਿਲ ਹੈ ਕਿ ਥੱਲੇ ਨੂੰ ਜਾ ਰਿਹਾ ਸਾਰਾ ਲਿਖਿਆ ਹੁੰਦਾ ਸਾਰਾ so you can check it out and go to a regular you know occupation where tonu lagda ki tusi kar sakde ho kai jehde punjab de log hain jehde oh driving karna pasand karde hain jehde middle east vich jehde petrol chala rahe hain driving jehnu pata nahi ki bhai unna nu lagda ki sapna hai ki ja ke utthe canada ji utthe ji $15,000 kamawange ji apna truck hoega ji fulana karange ya karange life is always not rosy I mean if you talk to a lot of truck drivers you know most people are working 10 hours 12 hours 10-12 ghante kam karan de baad phir ja ke oh kamai hundi hai number 1 dusra tade kol agar je license agar je nahi hai ya kisi country da jithe da matlab already oh accept karde hain jis tarah dubai da license trucking da ya australia england america wala da you have to scratch from zero you know to see apna india da license leke aaoge then you have to you know pass the examinations aajkal requirements bhi badi stiff ho rakhi hain so ode baad jab tuhanu 1 saal 2 saal da experience hoega ta tusi us level te pahunchoge that you will start making some serious money otherwise it's just you know livable income not much je tusi karna hi hai truck da kaam karna jis tarah punjab de log kai sochde hain ki truck da kaam karna hai je agar india te truck nahi hai te tusi dubai chale jao saudi chale jao utthe truck chala lo at least maybe at least bilkul training karke apna hath saaf karo you know just to be very comfortable about it just to get some experience so
ਫਿਊਚਰ ਇੰਪਲੋਇਰਸ ਅਗਰ ਜੇ ਤੁਸੀਂ ਕੈਨੇਡਾ ਪਹੁੰਚਦੇ ਵੀ ਐਟਲੀਸਟ ਦੇ ਵਿਲ ਨੋ ਦੈਟ ਯੂ ਹੈਵ ਡ੍ਰਿਵਨ ਦੀਸ ਕਾਈਂਡ ਆਫ ਟਰੱਕ ਜਿਹਦੇ 53-foot ਟ੍ਰੇਲਾ ਲੱਗਿਆ ਜੀ, 18 ਵੇਲ ਹੈ ਜੀ, ਗੇਅਰਸ ਹੈ, ਯੂ ਆਰ ਯੂ ਆਰ ਲੋਡਿੰਗ ਅਬਾਊਟ 80,000 pounds ਇਨ ਯੋਰ ਟ੍ਰੇਲਰ, ਸੋ ਐਟਲੀਸਟ ਦੇ ਹੈਵ ਮੋਰ ਕੋਨਫੀਡੈਂਸ ਕਿ ਵੀ ਯੂ ਯੂ ਨੋ ਸਮਥਿੰਗ ਅਬਾਊਟ ਇਟ, ਸੋ ਇਹੀ ਗੱਲ ਮੈਂ ਕਹਿਣੀ ਸੀ ਤੁਹਾਡੇ ਮਾਧਿਅਮ ਤੋਂ। ਅਤੇ ਸਾਊਦੀ ਮੈਂ ਕਦੇ ਆਇਆ ਨਹੀਂ, ਆਸ ਕਰਦੇ ਕਦੇ ਸਾਊਦੀ ਆਉਣ ਦਾ ਮੌਕਾ ਮਿਲੇਗਾ। ਬਾਕੀ ਜਿਹੜੇ ਲੋਕ ਜਿਹੜੇ ਮੇਨ ਕੰਕਲੂਜਨ ਸਾਡਾ ਜਿਹੜਾ ਨਿਕਲ ਕੇ ਆਇਆ ਇਸ ਵਕਤ ਕਿ ਜੇਕਰ ਤੁਸੀਂ ਆਲਰੇਡੀ ਕੰਮ ਕਰ ਰਹੇ ਹੋ ਮਿਡਲ ਈਸਟ, ਸਾਊਦੀ, UAE, ਜਿੱਥੇ ਵੀ ਕੰਮ ਕਰ ਰਹੇ ਹੋ, ਤੁਹਾਡੇ ਘਰ ਫਾਈਲ ਅਗਰ ਲੱਗਣੀ ਹੈ ਫੋਰ ਸਪਾਊਸ ਵੀਜ਼ਾ ਔਰ ਸਮ ਅਦਰ ਵੀਜ਼ਾ, ਅਪਲਾਈ ਫਰੋਮ ਦੈਟ ਕੰਟਰੀ, ਆਪਣੀ ਨੌਕਰੀ ਛੱਡ ਕੇ ਨਾ ਆਓ। ਦੈਟ ਇਜ਼ ਵਾਟ ਆਈ ਵਾਂਟਿਡ ਟੂ ਲੈਟ ਪੀਪਲ ਨੋ ਥਰੂ ਯੂ। ਅਤੇ ਉੱਥੇ ਅਪਲਾਈ ਕਰੋ ਜਿਹੜੇ ਇੰਡੀਆ ਜਿਹਨਾਂ ਕੋਲ ਜੋਬ ਨਹੀਂ ਹੈ, ਅਗਰ ਜੇ ਤੁਹਾਨੂੰ ਅਗਰ ਕੈਨੇਡਾ ਦਾ ਵੀਜ਼ਾ ਨਹੀਂ ਮਿਲਿਆ, ਤੁਹਾਡੇ ਕੋਲ ਇੰਪਲੋਇਮੈਂਟ ਹਿਸਟਰੀ ਨਹੀਂ ਹੈ, ਜੋਬ ਨਹੀਂ ਹੈ, ਵਟਐਵਰ, ਯੂ ਆਰ ਨੋ ਜ਼ੀਰੋ ਫੰਡਸ ਆਲਸੋ, ਬੈਟਰ ਥਿੰਗ ਇਜ਼ ਟੂ ਗੋ ਟੂ ਮਿਡਲ ਈਸਟ ਐਂਡ ਵਰਕ ਐਂਡ ਗੈਟ ਸਮ ਐਕਸਪੀਰੀਅੰਸ ਐਂਡ ਦੈਨ ਅਪਲਾਈ। ਦੈਟਸ ਵਾਟ ਆਈ ਵਾਂਟਡ ਟੂ ਸੇ। ਅਮਨ ਜੀ, ਹੋਰ ਕੋਈ ਅਗਰ ਕੋਈ ਅਗਰ ਕੋਈ ਮੈਸੇਜ ਹੈ ਤਾਂ। ਹਾਂਜੀ, ਮੇਰਾ ਕੁਐਸਚਨ ਸੀ ਇੱਕ ਤੁਹਾਡੇ ਤੋਂ ਕਿ ਜਿੱਦਾਂ ਮੇਰੀ ਨਾ ਜੋਬ ਇੱਥੇ ਪ੍ਰੋਪਰਲੀ ਅਵੇਲੇਬਲ ਆ, ਸਿਟਿੰਗ ਜੋਬ ਆ, ਵਾਈਟ ਕਲਰ ਜੋਬ ਆ, ਆਪਣੀ ਜੋਬ ਕਿਹੜੇ ਲੈਵਲ ਦੀ ਆ, ਤੇ ਆਪਣੀ ਜਿੱਦਾਂ ਹੁਣ ਮੇਰੀ ਜੋਬ ਵੀ ਹਾਈ ਸਕੇਲ ਲੈਵਲ ਦੀ ਆ, ਮੇਰੀ ਜੋਬ, ਬੱਚੇ ਵੀ, ਮੇਰੇ ਤੋਂ ਪਰੂਫ ਵੀ ਹੈਗਾ, ਫੈਮਿਲੀ ਵੀ ਇੱਥੇ ਆ, ਫੈਮਿਲੀ ਵੀ ਇਨਕਲੂਡਿਡ ਆ, ਕਿ ਪੂਰੀ ਫੈਮਿਲੀ ਦੇ ਨਾਲ ਵੀ ਅਸੀਂ ਅਪਲਾਈ ਕਰ ਸਕਦੇ ਹਾਂ, ਕੋਈ ਡਾਊਟਫੁਲ ਨਹੀਂ ਹੈਗਾ ਇੱਦਾਂ ਦਾ। ਟਰੈਵਲ ਹਿਸਟਰੀ ਕੋਈ ਮੈਂਡੇਟੋਰੀ ਰਿਕੁਆਇਰਮੈਂਟ ਨਹੀਂ ਹੈ। ਕਈ ਮੈਂ ਵੀਜ਼ੇ ਵਾਲੇ ਵੀ ਐਪਲੀਕੈਂਟ ਮੈਂ ਦੇਖ ਚੁੱਕਿਆ ਜਿਹਨਾਂ ਦੇ ਵੀਜ਼ੇ ਲੱਗੇ ਹੈ ਪਹਿਲੀ ਵਾਰ ਇੰਡੀਆ ਤੋਂ, ਜਿਹੜੇ ਫਰੈਸ਼ ਪਾਸਪੋਰਟ ਬਣਾਇਆ ਪਹਿਲੇ ਝਟਕੇ ਸੀ ਉਹਨਾਂ 10-10 ਸਾਲ ਦੇ ਵੀਜ਼ੇ ਲੱਗੇ, ਭਾਵੇਂ ਅਮਰੀਕਾ ਦਾ, ਕੈਨੇਡਾ। ਟਰੈਵਲ ਹਿਸਟਰੀ ਇਜ਼ ਨਾਟ ਅ ਮੈਂਡੇਟੋਰੀ ਰਿਕੁਆਇਰਮੈਂਟ, ਬਟ ਟਰੈਵਲ ਹਿਸਟਰੀ ਟੈਲਸ ਅ ਲਾਟ ਟੂ ਦ ਵੀਜ਼ਾ ਆਫੀਸਰ। ਅਗਰ ਕਿਸੇ ਦੀ ਇਟ ਇਜ਼ ਆਲ ਅ ਬਿਗ, ਇਟਸ ਲਾਈਕ ਅ ਬ੍ਰੇਨ ਸਰਜਰੀ, ਇਟਸ ਲਾਈਕ ਅ ਮਿਸਟੀਰੀਅਸ ਸਾਇੰਸ, ਬਲੈਕ ਹੋਲ ਹੈ, ਬਲੈਕ ਹੋਲ ਵਿੱਚ ਕਿਹੜੀ ਫੋਰਸ ਕਿੱਥੋਂ ਆ ਰਹੀ ਹੈ, ਨੋਬਡੀ ਨੋਸ। ਆਈ ਮੀਨ, ਟੂਰਿਸਟ ਵੀਜ਼ਾ ਅਸੈਸਮੈਂਟ ਇਜ਼ ਅ ਵੈਰੀ ਸਬਜੈਕਟਿਵ ਡਿਸੀਜਨ, ਕਿ ਵੀ ਦੇਣਾ ਨਹੀਂ ਦੇਣਾ, ਕਿ ਵਟ ਇਜ਼ ਗੋਇੰਗ ਔਨ, ਵਟ ਇਜ਼ ਦ ਕੰਪਲੀਟ ਪਿਕਚਰ। ਜਿਹੜੀ ਟਰੈਵਲ ਹਿਸਟਰੀ, ਅਗਰ ਕਿਸੇ ਦੀ ਟਰੈਵਲ ਹਿਸਟਰੀ ਲੱਗੀ ਹੋਈ ਹੈ, ਫਰਜ਼ ਕਰੋ ਜੇ ਤੁਹਾਡੀ ਇਨਕਮ ਵੀ ਥੋੜ੍ਹੀ ਹੈ, ਜੇ ਤੁਹਾਡੇ ਨੌਕਰੀ ਵੀ ਨਵੀਂ ਹੈ, ਜੇ ਮਤਲਬ ਜ਼ਿਆਦਾ ਉਹਦੇ ਵਿੱਚ ਕਾਫੀ ਸਟੈਂਡਿੰਗ ਵੀ ਨਹੀਂ ਹੈ ਅਗਰ, ਲੇਕਿਨ ਆਲਰੇਡੀ ਤੁਸੀਂ ਅਗਰ ਕਿ ਅਮੈਰੀਕਾ, ਕੈਨੇਡਾ, ਆਈ ਮੀਨ ਸੋਰੀ, ਚਲੋ ਕੈਨੇਡਾ ਮੇ ਬੀ ਫਸਟ ਟਾਈਮ, ਅਮੈਰੀਕਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਸਾਰੇ ਤੁਹਾਡੇ ਵੀਜ਼ੇ ਲੱਗੇ ਹੈ, ਤੁਸੀਂ ਉੱਥੇ 2-3 ਮਹੀਨੇ ਛੁੱਟੀਆਂ ਮਨਾ ਕੇ ਆ ਕੇ ਮੁੜ ਕੇ ਆ ਚੁੱਕੇ ਹੋ, ਦੈਟ ਇਜ਼ ਅ ਲੋਟ ਆਫ ਕ੍ਰੈਡਿਟ ਫੋਰ ਦ ਵੀਜ਼ਾ ਆਫਿਸਰ ਟੂ ਥਿੰਕ ਵੀ ਦਿਸ ਪਰਸਨ ਇਜ਼ ਟਰਸਟੇਬਲ, ਕਿ ਵੀ ਇਹ ਕੰਟਰੀ ਜਾ ਕੇ ਮੁੜ ਕੇ ਆ ਗਿਆ ਹੈ। ਸੋ ਵੈਰੀ ਲਾਈਕਲੀ ਹੀ ਵਿਲ ਡੂ ਦ ਸੇਮ ਥਿੰਗ ਫੋਰ ਕੈਨੇਡਾ ਐਜ਼ ਵੈਲ, ਸਪੈਸ਼ਲੀ ਫੋਰ ਅਮੈਰੀਕਾ। ਪਰ ਇਹ ਵੀ ਕੋਈ ਗਾਰੰਟੀ ਨਹੀਂ ਹੈ ਕਿ ਜਿਹਨਾਂ ਦੇ ਅਮੈਰੀਕਾ ਦੇ ਵੀਜ਼ੇ ਲੱਗੇ ਹੋਏ ਹੈ, ਅਮੈਰੀਕਾ ਦੇ ਟਰੈਵਲ ਹਿਸਟਰੀ, ਉਹਨਾਂ ਨੂੰ ਕੈਨੇਡਾ ਵੀਜ਼ਾ ਮਿਲ ਜਾਏਗਾ ਆਟੋਮੈਟਿਕ, ਇਹ ਵੀ ਕੋਈ ਗਾਰੰਟੀ ਨਹੀਂ ਹੈ। ਪਰ ਟਰੈਵਲ ਹਿਸਟਰੀ ਅਗਰ ਹੈ ਕਿਸੇ ਦੀ, ਕੋਈ ਮੇਜਰ ਕੰਟਰੀ ਸੀ, ਮੇਜਰ ਮੀਨਸ ਵੀ ਦੀਸ ਬਿਗ ਕੰਟਰੀਜ਼ ਲਾਈਕ ਇੰਗਲੈਂਡ, ਸ਼ੈਨਿਗਨ, ਆਸਟ੍ਰੇਲੀਆ, ਨਿਊਜ਼ੀਲੈਂਡ, ਦੈਨ ਇਟਸ ਅ ਵੈਰੀ ਬਿਗ ਇੰਪ੍ਰੈਸ਼ਨਲ ਪੁਆਇੰਟ, ਕਿ ਵੀ ਠੀਕ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਅਗਰ ਟਰੈਵਲ ਹਿਸਟਰੀ ਤਾਂ ਵੀਜ਼ਾ ਨਹੀਂ ਲੱਗੇਗਾ। ਔਨ ਦ ਅਦਰ ਹੈਂਡ, ਮਤਲਬ ਕਿ ਵਟ ਇਜ਼ ਯੋਰ ਪਰਪਸ, ਤੁਹਾਡਾ ਵਿਜ਼ਟਰ ਵੀਜ਼ਾ ਅਗਰ ਲੈਣਾ, ਤੁਸੀਂ ਕਰਨ ਕੀ ਜਾ ਰਹੇ ਹੋ, ਕਿਹਨੂੰ ਮਿਲ ਜਾ ਰਹੇ ਹੋ, ਕਿੰਨੇ ਦਿਨ ਰਹੋਗੇ, ਕਿੰਨੇ ਤੁਹਾਡੇ ਕੋਲ ਕੈਸ਼ ਫੰਡਸ ਹੈ, ਕਿਸ ਤਰ੍ਹਾਂ ਖਰਚਾ ਕਰੋਗੇ, ਕਿਹੜੀ ਕਿਹੜੀ ਸਿਟੀਜ਼ ਘੁੰਮੋਗੇ, ਉੱਥੇ ਕੌਣ ਹੈ, ਕੌਣ ਤੁਹਾਨੂੰ ਇਨਵਾਈਟ ਕਰ ਰਿਹਾ ਹੈ, ਵਟ ਇਜ਼ ਦ ਕਨੈਕਸ਼ਨ ਵਿੱਚ ਯੂ, ਵਟ ਇਜ਼ ਦ ਪ੍ਰੀਵੀਅਸ ਯੋਰ ਅਦਰ ਵੀਜ਼ਾ ਐਪਲੀਕੇਸ਼ਨ, ਵਰ ਯੂ ਰਿਫਿਊਜ਼ ਫਰੋਮ ਸਮ ਅਦਰ ਕੰਟਰੀ, ਦੇ ਆਰ ਲੁਕਿੰਗ ਦੈਟ ਐਜ਼ ਵੈਲ। ਅਤੇ ਫਿਰ ਮੁੜ ਕੇ ਜਦ ਤੁਸੀਂ ਵਾਪਸ ਆਓਗੇ ਇਨ ਸਾਊਦੀ, ਫੋਰ ਐਗਜ਼ਾਮਪਲ, ਡੂ ਯੂ ਹੈਵ ਅ ਜੋਬ, ਆਈ ਮੀਨ ਇਜ਼ ਯੋਰ ਜੋਬ ਕੰਫਰਟੇਬਲ ਇਨਾਫ, ਵਟ ਇਜ਼ ਦ ਇਨਸੈਂਟਿਵ। ਸੋ ਇਹ ਸਾਰੀ, ਦਿਸ ਇਜ਼ ਆਲ ਵੈਰੀ ਸਬਜੈਕਟਿਵ ਡਿਸੀਜ਼ਨ। ਜਾਣੀ ਕਿ ਹੁਣ ਆਪਾਂ ਇੱਥੇ ਤੁਹਾਨੂੰ ਫੋਰਨ ਦੇ ਵਿੱਚ ਆਪਾਂ ਕੰਮ ਕਰਦੇ ਹਾਂ, ਠੀਕ, ਟੈਕਸ ਆਪਾਂ ਇੱਥੇ ਕੋਈ ਦਿੰਦੇ ਨਾ, ਟੈਕਸ ਰਿਟਰਨ ਹੈ ਨਹੀਂ, ਕੋਈ ਇਨਕਮ ਨਹੀਂ, ਸੈਲਰੀ ਆਉਂਦੀ ਹੈ, ਉਹ ਆਪਣੇ ਹੋ ਗਿਆ ਇੱਕ ਨੰਬਰ। ਦੋ ਤਾਂ ਆਪਾਂ ਪ੍ਰੋਪਰਟੀਜ਼ ਇੱਧਰ ਆਪਣੇ ਦਿਖਾ ਨਹੀਂ ਸਕਦੇ। ਇੱਕ ਆਪਣੇ ਤੋਂ ਮੇਨ ਤਾਂ ਇਹ ਹੈ ਕਿ ਆਪਣੀ ਜੋਬ ਜਿਹੜੀ ਨਾ ਸੋਲਿਡ ਹੋਣੀ ਚਾਹੀਦੀ ਹੈ, ਕੋਈ ਵੀ ਉਹ ਜਿੱਦਾਂ ਹੁਣ ਆਪਣੇ ਤੋਂ ਪਰਪਸ ਹੈਗਾ ਵੀ ਆਪਣੀ ਜੋਬ ਵਧੀਆ, ਇੱਥੇ ਫੈਮਿਲੀ ਇੱਥੇ ਆਪਾਂ ਰੱਖੀ ਹੋਈ ਹੈ, ਕਿਉਂਕਿ ਵਿਦਾਊਟ ਗੁੱਡ ਪ੍ਰੋਫੈਸ਼ਨ ਤੁਸੀਂ ਇੱਥੇ ਫੈਮਿਲੀ ਨਾਲ ਨਹੀਂ ਕਰ ਸਕਦੇ, ਸਰਵਾਈਵ ਨਹੀਂ ਕਰ ਸਕਦੇ। ਅਤੇ ਇਸ ਤੋਂ ਸਵਾਈ ਤਾਂ ਹੋਰ ਤਾਂ ਆਪਣਾ ਕੋਈ ਸੋਰਸ ਹੀ ਹੈ ਨਹੀਂ, ਆਪਾਂ ਇੱਕ ਇਹੀ ਹੈ ਨਾ ਸੋਰਸ ਲੈ ਕੇ ਚੱਲ ਸਕਦੇ, ਮੇਰੀ ਜੋਬ ਜਿਹੜੀ ਹੈ ਮੈਂ ਇੰਨੇ ਸਾਲ ਤੋਂ ਕਰ ਰਿਹਾ ਹਾਂ, ਲੌਂਗ ਟਾਈਮ ਤੋਂ ਹਾਂ, ਅਤੇ ਉਹਦੇ ਵਾਸਤੇ ਫਿਰ ਟਰੈਵਲ ਹਿਸਟਰੀ ਮੈਂਡੇਟਰੀ ਤੁਸੀਂ ਕਹਿੰਦੇ ਨਹੀਂ ਹੈਗੀ, ਅਤੇ ਵੀ ਹੋਊਗਾ ਤਾਂ ਪਲੱਸ ਪੁਆਇੰਟ ਆ, ਦੈਟ ਇਜ਼ ਗੁੱਡ। ਅਤੇ ਸੋ ਗੱਲ ਤਾਂ ਐਕਚੁਲੀ ਦੇਖੋ, ਅਗਰ ਇਸ ਤਰ੍ਹਾਂ ਦਾ ਕੋਈ ਕਿਸੇ ਨੂੰ ਕੋਈ ਫਾਰਮੂਲਾ ਮਿਲ ਜਾਏ ਨਾ, ਤਾਂ ਉਹ ਰਾਤੋਂ ਰਾਤ ਮਿਲੀਅਨਰ ਬਣ ਜਾਏ, ਕਿਉਂਕਿ ਹਰ ਇੱਕ ਬੰਦਾ ਉਹਦੇ ਕੋਲ ਲਾਈਨ ਲਾ ਕੇ ਖਲੋ ਜਾਏਗਾ ਵੀ ਚਲੋ ਜੀ ਸਾਰੇ ਸਾਰੇ ਵੀਜ਼ਾ ਫਾਈਲ ਵੀਜ਼ਾ ਸਾਰੇ ਸਟੈਂਪ ਕਰੀ ਜਾਓ। ਇਟ ਇਜ਼ ਆਲਵੇਜ਼ ਅ ਵੈਰੀ ਸਬਜੈਕਟਿਵ ਡਿਸੀਜ਼ਨ,
tourist visa for US and Canada is always case to case, what they're looking for, how they look at the complete picture. For example, I definitely am looking at, you know, what are the total, compared to other people, compared to Saudi, what is your level of the income? Matlab ke baki jehde duniya Saudi vich kinni, what is your median level? You are very low, middle class, high class, whatever. That's what I'm looking at. I'm looking at ke bhi tade kol kinne funds hain, jehde accumulated purane funds hain, jehde tade kol is waqt hain, that you know you have through your salaries deposit. Canada agar ja rahe ho, what is the primary purpose? Agar je tusi kaho ji main ji utha hi assi tour book kar liya ji, Niagara Falls dekhan ja rahe hai, fulana ji udh paar dekho, snow dekhan ja rahe hai, these kind of trips are very subjective and non credible, because we don't know. You have, if you have seen you know, some only small countries, tusi ka Thailand, Singapore, Bangkok, bara is tarah de kar dekh kar aaye ho tusi, to aur pehli baar tusi keh rahe ho ji main the snowfall dekhan chalya ji Canada. They are not believable. You know, these things are, they are not believable. So it has to be a credible plan. Kithe rukoge, kis tarah. So it's all very subjective. There is no magic bullet here. Jitha tonu main dassa ki north side da baneya hai Christmas da, ek hi baneya nu te ek hi reason hai Christmas da. Yeah, which does not make sense, which absolutely does not make sense. Agar koi India to, Punjab to, ya all over India to, jinna di tankha, let us just give some examples here, and kisi di tankha agar kisi di 25000 30000 50000 tankha per month hai, just giving a short example, jehde agar 2 3 saal to account manager di job kar reha hai, India reh reha hai, theek hai, agar pehli bar passport, fresh passport te agar wo Canada visa agar apply karda hai in the month of October, kyunki agent ne dikhaya jaldi Christmas di utthe ji Trudeau ne kholte gate di, jao ji jao, unhone likhda ji main ji Christmas karan chala ji, main snowfall dekhanga ji, koi keh reha ji main te Niagara da utthe ji paani digda ji utthe dekhange. I mean, visa officers will laugh at you. You know, these are not credible statements to make. कोई तो देखो देखो इतने उन travel history पता लगेगी. अगर जब पहला ही मैं पिछले साल अगर अमेरिका भी मैं इस तरह दे कोई अगर snowfall या whatever, they don't have snow much. ये ना कोई इस तरह दे कोई मैं गेड़ा कर चुके हैं. They definitely, it is believable के that you will possibly do the same thing. अगर जब मैं इतना ही ज़्यादा snowfall था मैं shock है मेरा तो Switzerland क्यों नहीं गया मैं या वगैरह भी. So you have to look at the whole complete picture and do a subjective analysis ke whether what he's saying, what he's presenting, making sense or not. Dusra dekho tusi agar koi Punjab to agar kisi ne agar Madras jana ho ya Chennai, Kolkata jana hai, to banda 10 baar sochda hai bhi kidda jaiye, ki karange ji, kithe rahange ji, kitne paise hai falana, koi bigair reason te janda nahi. Itthe tusi sochde ho ji apna ji pind to sidhe uth ke sidhe Canada di flight da leyange ji, utthe 6 mahine rahange. It does not make sense. But on the other hand, if you look at the Red Seal application, visitor visa application, which I've done some application and all of them got the visa now. Unhonu mera visa mil chuke hain just to take the examination. Un sada purpose hi ke bhi unhone jana kyun hai, they have to take the examination. The purpose is very solid. Par pehli baar, do baar se unhonu bhi refuse karta ki bhi tadi te tankha hi nahi hai. If you are working as a mechanic in India, tadi tankha hi 40000 50000 tankha hai, for example. You have hardly $1,000 as income, and why will you go to Canada and not you know want to you know stay back? Because tusi automotive da agar je mechanic hai, koi aur electrician da kaam karde ho, agar tada examination pass ho gaya te tadi te chandi ho gayi, tusi to utthe jaake apni naukri bhi kar loge, LMI leke convert kar jaoge, LMI de road hai ya whatever, ya PNP follow kar jaoge, tanu aan di load nahi hai. ਹੁਣ ਇਸ ਕਿਸ ਤਰ੍ਹਾਂ ਦੇ ਕੇਸਿਸ ਸੇ ਹੁਣ ਸਬਜੈਕਟਿਵ ਜੋ ਡਿਸੀਜਨ ਨੂੰ ਓਵਰ ਰੂਲ ਕਰਨਾ ਕਿੰਨਾ ਮੁਸ਼ਕਿਲ ਹੈ ਕਿ ਹੁਣ ਮੇਰੀ ਜ਼ਿੰਮੇਵਾਰੀ ਬਣ ਗਈ ਕਿ ਮੈਂ ਉਹਨਾਂ ਨੂੰ ਦੱਸਣਾ ਕਿ ਨਹੀਂ ਇਹ PR ਵੀ ਬਣੇਗਾ, ਐਗਜ਼ਾਮੀਨੇਸ਼ਨ ਵੀ ਦੇਗਾ ਤੇ ਨਾਲ ਮੁੜ ਕੇ ਵੀ ਆਏਗਾ ਤੇ ਫਿਰ ਇਹਨਾਂ ਨੂੰ ਤੁਸੀਂ ਵੀਜ਼ਾ ਦਿਓ. ਉਹਨਾਂ ਨੇ ਵੀਜ਼ਾ ਦਿੱਤਾ ਹੈ, ਮੇਰੇ ਕੋਲ ਐਗਜ਼ਾਮਪਲ ਹੈ, ਜਿਹੜੇ ਮੇਰੀ ਵੀਡੀਓ ਦੇਖ ਰਹੇ ਹੈ ਜਿਹਨਾਂ ਨੂੰ ਵੀਜ਼ਾ ਮਿਲਾਉਣ ਨੂੰ ਪਤਾ ਹੈ ਮੈਂ ਕਿਹਦੀ ਗੱਲ ਕਰ ਰਿਹਾ, ਦੋ ਵਾਰ ਤਿੰਨ ਵਾਰ ਰਿਫਿਊਜ਼ ਹੋਣ ਦੇ ਬਾਅਦ ਉਹਨਾਂ ਨੂੰ ਚੌਥੀ ਵਾਰ ਵੀਜ਼ਾ ਵੀ ਦਿੱਤਾ ਹੈ, ਤੇ ਕਿਸੇ ਨੂੰ 5 ਸਾਲ ਦਾ, ਕਿਸੇ ਨੂੰ 10 ਸਾਲ ਦਾ ਮਲਟੀਪਲ ਵੀਜ਼ਾ ਵੀ ਦਿੱਤਾ ਹੋਇਆ. ਸੋ ਗੱਲ ਤੇ ਹੁੰਦੀ ਹੈ ਕਿ ਅਲਟੀਮੇਟਲੀ ਪ੍ਰੈਜੈਂਟੇਸ਼ਨ ਦੀ ਗੱਲ ਹੈ, ਹੋਰ ਕੋਈ, ਅਦਰਵਾਈਜ਼ ਦੇਰ ਇਜ਼ ਨੋ ਮੈਜਿਕ ਬੁਲੇਟ ਹੇਅਰ ਟੂ ਸੇ ਕਿ ਵੀ ਆਹ ਚੀਜ਼ ਕਰ ਲਓ ਜੀ ਖਲਕ ਵੀਜ਼ਾ ਲੱਗ ਜਾਏਗਾ. ਇਟ ਇਜ਼ ਨੋਟ ਗੋਇੰਗ ਟੂ ਹੈਪਨ. ਐਵਰੀ ਕੇਸ ਇਜ਼ ਅ ਡਿਫਰੈਂਟ ਸਰਜਰੀ ਸਰ. ਨਾਲੇ ਮੈਂ ਤੁਹਾਨੂੰ ਇੱਕ, ਤੁਸੀਂ ਇਹਦੇ ਹੱਕਦਾਰ ਵੀ ਹੋ, ਤੁਸੀਂ ਜਿਹੜੇ ਆਪਣੀ ਐਜੂਕੇਸ਼ਨ ਆ ਨਾ ਉਹਨੂੰ ਨੌਜੇ ਪੂਰੀ ਕਮਿਊਨਿਟੀ ਲਈ ਬਹੁਤ ਵਧੀਆ ਕਰ ਰਹੇ ਹੋ. ਇਹ ਕਈ ਲੋਕ ਕਹਿ ਦਿੰਦੇ ਆ ਕਿ ਤੁਸੀਂ ਜਿੰਨੀ ਵੀ ਆਪਣੀ ਫੀਸ ਲੈਂਦੇ ਹੋ $275, ਪਰ ਇਹਦੇ ਵਿੱਚ ਤੁਸੀਂ ਜਿਹੜੀ ਐਡਵਾਈਸ ਦਿੰਦੇ ਪਏ ਹੋ ਨਾ ਉਹ ਲਾ ਤੋਂ ਵੱਖਰੀ ਨਹੀਂ ਗੀ. ਉਹ ਕਿਸੇ ਨੇ ਮੰਨਣੀ ਜਾਂ ਨਹੀਂ ਮੰਨਣੀ ਉਹਦਾ ਪਰਸਨਲ ਡਿਸੀਜਨ ਆ ਉਹਦੇ,
ਪਰ ਜਿਹੜੀ ਤੁਸੀਂ ਆਪਣੀ ਆਪਣੀ ਯਾਨੀ ਕਿ ਐਜੂਕੇਸ਼ਨ ਨੂੰ ਪੂਰਾ ਇੰਪਲੀਮੈਂਟ ਕਰਦੇ ਪਏ ਹੋ ਨਾ ਦੂਜੇ ਤੇ, ਉਹ ਮੈਨੂੰ ਬਹੁਤ ਵਧੀਆ ਤੁਹਾਡਾ ਪਲੱਸ ਪੁਆਇੰਟ ਲੱਗਾ। ਮੈਂ ਕੋਈ ਵੀ ਵੀਡੀਓ ਇਦਾਂ ਦੀ ਨਹੀਂ ਹੋਊਗੀ ਜਿਹੜੀ ਤੁਸੀਂ ਜਦੋਂ ਵੀ ਤੁਸੀਂ ਸਾਊਥ ਵਾਲੇ ਪਰਸਨ ਨਾਲ ਕਿਸੇ ਨਾਲ ਗੱਲ ਕਰਦੇ ਹੋ ਨਾ, ਕਰੀਅਰ ਕਾਉਂਸਲਿੰਗ ਦੀ ਆਪਾਂ ਗੱਲ ਕਰਦੇ ਸੀਗੇ, ਉਹ ਤੁਹਾਨੂੰ ਨਾ ਪਹਿਲੇ ਦੱਸਦਾ ਕਿ ਸਰ ਮੈਂ ਇਸ ਕੋਰਸ ਦੇ ਵਿੱਚ ਜਾਣਾ, ਮੇਰਾ ਪ੍ਰੀਵੀਅਸ ਸਟੱਡੀ ਆਹ ਸੀਗੀ, ਮੈਨੂੰ ਇਸ ਕੋਰਸ ਬਾਰੇ ਦੱਸੋ। ਨੌਰਥ ਵਾਲੇ ਸਟੂਡੈਂਟ ਨੂੰ ਉਹ ਕਦੇ ਵੀ ਮੈਂ ਤੁਹਾਡੇ ਨਾਲ ਕੋਈ ਗੱਲ ਕਰਦਾ ਨਾ, ਉਹ ਇਹ ਨਹੀਂ ਕਰ ਸਕਦਾ ਸਪਾਊਸ ਵੀਜ਼ਾ ਫਸਟ ਫਸਟ ਨੰਬਰ ਤੇ, ਨੰਬਰ ਦੋ ਤੇ ਜੇ ਜੇ ਉਹ ਗੱਲ ਕਰੂਗਾ ਵੀ ਨਾ ਜੀ ਮੈਂ ਟਰੱਕ 'ਚ ਜਾਣਾ, ਕਦੇ ਵੀ ਅੱਜ ਤੱਕ ਤੁਹਾਡੇ ਨਾਲ ਕਿਸੇ ਨੇ ਮੈਂ ਨਹੀਂ ਦੇਖਿਆ ਨੌਰਥ ਵਿੱਚੋਂ ਗੱਲ ਕੀਤੀ ਮੈਂ ਡੈਂਟਿਸਟ ਬਣ, ਮੈਂ ਕੋਈ ਫਿਜੀਓਥੈਰੇਪੀ, ਕਿਉਂਕਿ ਇਹਨਾਂ ਨੂੰ ਕਰੀਅਰ ਕਾਉਂਸਲਿੰਗ ਇਹ ਆ ਕਿ ਆਪਣੇ ਕੋਲ ਜਿੱਦਾਂ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਦਿੰਦਾ ਕਿ ਆਪਣੇ ਲੋਕ ਜਾਂਦੇ ਸਾਡੇ ਲਈ ਅਰਦਾਸ ਕਰਦੇ ਹੋ, ਗੁਰਦੁਆਰਾ ਸਾਹਿਬ ਜਾਂਦੇ ਆ, ਉੱਥੇ ਗ੍ਰੰਥੀ ਸਿੰਘ ਉਹਨੂੰ ਕਹਿੰਦੇ ਅਰਦਾਸ ਕਰਦੇ ਹੋ ਸਾਡੇ ਲਈ, ਉਹ ਕਹਿੰਦੇ ਜੀ ਤੁਸੀਂ ਖੁਦ ਅਰਦਾਸ ਕਰੋ, ਉਹ ਕਹਿੰਦੇ ਕਾਹਦੀ ਅਰਦਾਸ ਕਰਾਉਣੀ, ਕਹਿੰਦਾ ਜੀ ਵਾਈਫ ਮੇਰੀ ਪ੍ਰੈਗਨੈਂਟ ਆ ਉਹਦੇ ਲਈ ਅਰਦਾਸ ਕਰਾਉਣੀ, ਤੇ ਉਹ ਕਹਿੰਦੇ ਠੀਕ ਆ, ਉਹਦੀ ਮੁੰਡੇ ਦੀ ਮਾਂ ਬੋਲੀ ਕਿ ਸਾਡੇ ਬੇਟਾ ਹੋ ਜਾਵੇ ਤਾਂ ਕਰਦੇ, ਉਹ ਕਹਿੰਦੇ ਜੀ ਮੈਂ ਨਹੀਂ ਕਰ ਸਕਦਾ, ਤੁਸੀਂ ਕਰੋ ਤੁਹਾਡੀ ਵਾਈਫ ਨੂੰ ਮੇਰੇ ਤੋਂ ਵੀ ਪਹਿਲਾਂ ਸੁਣੂਗਾ, ਉਹ ਕਹਿੰਦੇ ਨਹੀਂ ਜੀ, ਉਹ ਜੀ ਹੈੱਡ ਗ੍ਰੰਥੀ ਤੋਂ ਉਹਦੀ ਸ਼ਿਕਾਇਤ ਲੈ ਕੇ ਚੱਲ ਜਾਂਦੀ ਵੀ ਸਾਡੀ ਅਰਦਾਸ ਨਹੀਂ ਕਰਦਾ, ਉਹ ਕਹਿੰਦਾ ਹੈੱਡ ਗ੍ਰੰਥੀ ਉਹਦਾ ਕਹਿੰਦਾ ਜੀ ਤੁਸੀਂ ਅਰਦਾਸ ਕਦੋਂ ਨਹੀਂ ਕੀਤੀ, ਉਹ ਕਹਿੰਦਾ ਜੀ ਅਰਦਾਸ ਮੈਂ ਤਾਂ ਨਹੀਂ ਕਰਦਾ, ਮੇਰੇ ਦੋ ਕੁੜੀਆਂ ਹੈੱਡ ਗ੍ਰੰਥੀ ਦੇ 3 ਆ, ਤੁਹਾਡੇ ਮੁੰਡਾ ਕਿੱਦਾਂ ਹੋਜੂ, ਤੇ ਵੀ ਇਹ ਅਸੀਂ ਆਪ ਖੁਦ ਜਿਹੜਾ ਚਾਹੁੰਦੇ ਨੀਗੇ ਵੀ ਅਸੀਂ ਆਪ ਖੁਦ ਜਾਣੀ ਕਿ ਕਾਉਂਸਲਿੰਗ ਆਪਣੀ ਖੁਦ ਕਰੀਏ ਕਿ ਦੂਸਰੇ ਤੇ ਅਸੀਂ ਚਾਹੁੰਦੇ ਹਾਂ ਕਿ ਦੂਸਰਾ ਸਾਡੇ ਲਈ ਮਿਹਨਤ ਕਰੇ, ਕਿਸੇ ਕਿਹਦੇ ਕੋਲ ਟਾਈਮ ਆ ਜਿਹੜਾ ਤੁਹਾਡੇ ਲਈ ਮਿਹਨਤ ਕਰੂਗਾ, ਤੁਸੀਂ ਹੁਣ ਸਾਰਿਆਂ ਨੂੰ ਕਹਿੰਦੇ ਤੁਸੀਂ ਆਪ ਕਰੋ ਅਪਲਾਈ, ਕਿਉਂ ਨੀ ਤੁਸੀਂ ਮੇਰੇ ਕੋਲ, ਜੇ ਤੁਸੀਂ ਇੱਕ ਵਾਰੀ ਚਲੋ ਕੋਈ ਗੱਲ ਨਹੀਂ ਸਕਸੈਸ ਹੁੰਦੇ, ਦੂਸਰੀ ਵਾਰ ਤੁਸੀਂ ਮੇਰੇ ਕੋਲ ਆਓ, ਮੇਰੀ ਜਿਹੜੀ ਐਕਸਪਰਟਾਈਜ਼ ਹੈ ਉਹਦੀ ਤੁਸੀਂ ਫਾਇਦਾ ਲਓ, ਪਰ ਜਦੋਂ ਤੁਸੀਂ ਪਹਿਲੇ ਕੁਛ ਕਰਦੇ ਨੇ ਸਰ ਤੁਸੀਂ ਮੈਨੂੰ ਦੱਸ ਦਿਓ ਕਿਹੜਾ ਕੋਰਸ ਮੈਂ ਕਰਾਂ, ਇਹ ਕਿਹੜੀ ਕਾਉਂਸਲਿੰਗ ਹੋਈ। 95% ਮੈਂ ਦੇਖਿਆ 95% ਜੋ ਇੰਡੀਅਨ ਸਟੂਡੈਂਟਸ ਹੈ ਸਪੈਸ਼ਲੀ ਨੌਰਥ ਇੰਡੀਅਨ ਸਟੂਡੈਂਟਸ ਹੈ, ਸਾਊਥ ਇੰਡੀਆ ਦੀ ਮੈਂ ਸਿਫਤ ਕਰਦਾ ਹਮੇਸ਼ਾ ਕਿਉਂਕਿ ਸਾਊਥ ਇੰਡੀਆ ਜਿਹੜੇ ਲੋਕ ਹੈ ਆਈ ਐਮ ਨੋਟ ਟ੍ਰਾਇੰਗ ਟੂ ਡਿਸਕ੍ਰਿਮੀਨੇਟ, ਪਰ ਉਹਨਾਂ ਦੀ ਤਿਆਰੀ, ਉਹਨਾਂ ਦੀ ਹੋਮਵਰਕ, ਉਹਨਾਂ ਦੀ ਰਿਸਰਚ, ਉਹਨਾਂ ਦੇ ਡਾਕੂਮੈਂਟਸ, ਦੇ ਆਰ ਵੇ ਸੁਪੀਰੀਅਰ, ਬਹੁਤ ਸੁਪੀਰੀਅਰ ਹੁੰਦੇ ਆ ਨੌਰਥ ਇੰਡੀਅਨ ਤੋਂ, ਅਤੇ ਨੌਰਥ ਇੰਡੀਅਨ ਦਾ ਜਿਹੜੇ ਐਪਲੀਕੈਂਟਸ ਹੈ ਉਹਨਾਂ ਦਾ ਬਸ ਇਹੀ ਹੈ ਕਿ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਬਸ ਪਹੁੰਚ ਜਾਈਏ ਕੈਨੇਡਾ, ਪਈ ਉੱਥੇ ਜਾ ਕੇ ਅਸੀਂ ਆਹ ਕਰ ਲਾਂਗੇ ਜੀ, ਆਹ ਕਰ ਲਾਂਗੇ, ਬਸ ਪਹੁੰਚ ਜਾਈਏ। ਕਈ ਲੋਕ ਸੋਚਦੇ ਆ ਕਿ ਨਹੀਂ, ਇੱਥੇ ਹਸਪੀਟਲ ਆ ਨਾ, ਵੱਡੇ ਵੱਡੇ ਹਸਪੀਟਲ ਆ ਸਾਡੀ ਸਾਊਦੀ ਦੇ ਵਿੱਚ, ਹਾਂਜੀ ਮੈਂ ਕਹਿੰਦਾ 80% ਕੇਰਲਾ ਨਰਸਿੰਗ ਸਾਊਥ, ਹਾਂਜੀ ਹਾਂਜੀ, ਨਰਸਿੰਗ ਦੇ ਲੈਵਲ ਦੇ ਵਿੱਚ ਡਾਕਟਰਸ ਜਿਹੜੇ ਆ ਨਾ ਸਾਊਥ ਦੇ ਡਾਕਟਰ ਆ ਸਾਰੇ, ਕਲੀਨਿਕ ਤੇ ਤੁਸੀਂ ਚੱਲੋ ਤੁਹਾਨੂੰ ਸਾਊਥ ਦਾ ਡਾਕਟਰ ਮਿਲ ਜਾਊਗਾ, ਤੇ ਸਾਡੇ ਤਾਂ ਇੱਕ ਹੀ ਇਹਨਾਂ ਨੂੰ ਆਇਲਸ ਨੇ ਪਤਾ ਨੀ ਕੀ ਬਣਾਤਾ, ਇੱਕ ਪਲੱਸ ਟੂ ਤੋਂ ਬਾਅਦ ਦੇਖੋ ਤੁਸੀਂ ਹੁਣ ਈਚ ਈਚ ਮੋਡਿਊਲ 6 ਕਰ ਦਿੱਤੇ ਉਹਨਾਂ ਨੇ, ਪਲੱਸ ਗ੍ਰੈਜੂਏਸ਼ਨ ਤੋਂ ਬਾਅਦ 6.5 ਆ, ਗ੍ਰੈਜੂਏਸ਼ਨ ਨਹੀਂ ਉੱਥੇ ਕਰਨੀ ਜਿਹੜੀ ਸਸਤੀ ਵੀ ਪੈਂਦੀ ਹੈ ਸਾਨੂੰ ਕੈਨੇਡਾ ਦੇ ਕੰਪੈਰੀਜ਼ਨ, ਗ੍ਰੈਜੂਏਸ਼ਨ ਨਹੀਂ ਉੱਥੇ ਕਰਦੇ, ਪਲੱਸ ਟੂ ਤੋਂ ਬਾਅਦ ਹੀ ਜਾਣਾ ਸੀ, ਮੁੜ ਕੇ ਰਿਕੁਆਇਰਮੈਂਟ ਆਇਲਸ ਲਈ ਬਹੁਤ ਹੈ, ਕਿੰਨੀ ਹੈ ਅੱਧੇ ਬੈਂਡ ਦੀ ਰਿਕੁਆਇਰਮੈਂਟ ਹੋਊਗਾ, ਜੇ ਤੁਸੀਂ 6 ਬੈਂਡ ਲੈ ਸਕਦੇ 6.5 ਕਿਉਂ ਨਹੀਂ ਲੈ ਸਕਦੇ, ਬਸ ਚਲੋ ਚਲੋ ਜਿਹੜੀ 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 ਅਗਰ ਸ਼ਾਰਟ ਡਿਸਟੈਂਸ ਮਾਇਓਪਿਕ ਸੋਚ ਨਾਲ ਅਗਰ ਗੱਲ ਕਰ ਰਿਹਾ ਤੇ ਫਿਰ ਉਹ ਜ਼ਿੰਦਗੀ 'ਚ ਕਦੇ ਨਾ ਕਦੇ ਉਹ ਠੱਡਾ ਖਾਏਗਾ, ਫਿਰ ਅੱਗੇ ਕੋਈ ਪਰੇਸ਼ਾਨ ਹੋਏਗਾ, ਫਿਰ ਅੱਗੇ PR ਨਹੀਂ ਹੋਣੀ, ਜੋਬ ਨਹੀਂ ਮਿਲਣੀ ਵਗੈਰਾ ਵਗੈਰਾ, ਜਿਹੜੀ ਪਹਿਲਾਂ ਹੀ ਤੋਂ ਆਪਣੇ ਤਿਆਰੀ ਕਰਕੇ ਕਵਰ ਕਸਕੇ ਆਪਣਾ ਪ੍ਰੋਪਰ ਤਰੀਕੇ ਨਾਲ ਪਲੈਨਿੰਗ ਕਰਕੇ ਅਗਰ ਕੈਨੇਡਾ ਐਂਟਰੀ ਕਰਦੇ ਹੈ ਉਹਨਾਂ ਦਾ PR ਪਹਿਲਾਂ ਵੀ ਤਿਆਰ ਹੈ, ਅੱਜ ਕੱਲ੍ਹ ਵੀ ਤਿਆਰ ਹੈ, ਹਮੇਸ਼ਾ ਹੀ ਤਿਆਰ ਰਹੇਗਾ ਉਹਨਾਂ ਦਾ। ਸੋ ਥੈਂਕ ਯੂ ਵੈਰੀ ਮਚ ਅਮਨ, ਤੁਹਾਡੀ ਜਿਹੜੀ ਕੁਐਸਚਨ ਸੀ ਮੇਰਾ, ਜਦੋਂ ਆਪਣਾ ਸਟੱਡੀ ਪਰਮਿਟ ਕੰਪਲੀਟ ਹੋ ਜਾਂਦਾ ਉਸ ਤੋਂ ਬਾਅਦ ਆਪਾਂ ਵਰਕ ਪਰਮਿਟ ਤੇ ਆਉਂਦੇ ਹਾਂ, ਜਿਹੜੇ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟ ਲਈ ਫੀਰ ਵੀ ਐਲੀਜੀਬਲ ਹੈ ਉਹ ਓਪਨ ਵਰਕ ਪਰਮਿਟ ਲਈ ਦਾ ਸਪਾਊਸ? ਬਹੁਤ ਅੱਛਾ ਸਵਾਲ ਪੁੱਛਿਆ ਅਮਨ। ਸਪਾਊਸ ਵੀਜ਼ਾ ਜੋ ਹੈ ਨਾ, ਸਪਾਊਸ ਵੀਜ਼ਾ ਦੇ ਬਹੁਤ ਕੈਟਾਗਰੀਆਂ ਹੈ, ਦੇ ਆਰ ਕਲੋਜ਼ ਟੂ ਅਬਾਊਟ 11 ਔਰ 13 ਡਿਫਰੈਂਟ ਕੈਟਾਗਰੀਜ਼ ਫੋਰ ਸਪਾਊਸ, ਜਿਹੜੇ ਆਪਣੇ ਸਪਾਊਸ ਐਪਲੀਕੈਂਟ ਆਪਣੇ ਸਪਾਊਸ ਨੂੰ ਲਿਆ ਸਕਦੇ ਹੈ। ਇਹ ਸਟੂਡੈਂਟ ਵਾਲੀ ਕੈਟਾਗਰੀ ਇੱਕ ਜਿਹੜਾ ਤੁਸੀਂ ਕਿਹਾ ਸਟੂਡੈਂਟ ਵਾਲੀ ਹੈ, ਅਤੇ ਦੂਸਰੀ ਜਿਹੜੀ ਹੈ ਵਰਕ ਪਰਮਿਟ ਵਾਲੀ ਵੀ ਹੈ, ਇਸ ਤੋਂ ਇਲਾਵਾ ਕਰੀਬ 11 ਕੈਟਾਗਰੀਆਂ ਹੋਰ ਹੈ। ਪਰ ਸਪਾਊਸ ਸਟੂਡੈਂਟ ਜਦ ਉਹਦੀ ਵਾਈਫ, ਸੋ ਐਜ਼ਿਊਮ ਕਿ ਹਸਬੈਂਡ ਇਜ਼ ਇਨ ਇੰਡੀਆ ਐਂਡ ਵਾਈਫ ਇਜ਼ ਇਨ ਕੈਨੇਡਾ, ਉਸ ਟਾਈਮ ਵੀ ਸਟੱਡੀ ਬੇਸ 'ਤੇ ਜਿਹੜਾ ਜਸਟ ਸਟੱਡੀ ਫੁੱਲ ਟਾਈਮ ਸਟੱਡੀ ਐਨਰੋਲਮੈਂਟ ਸਟੈਟਸ ਚੱਲਿਆ, ਉਸ ਟਾਈਮ ਵੀ ਉਹ ਆ ਸਕਦਾ ਹੈ। ਸਟੱਡੀ ਦੇ ਬਾਅਦ ਜਦੋਂ ਵਰਕ ਪਰਮਿਟ 'ਤੇ ਆਏਗਾ, ਵਰਕ ਪਰਮਿਟ 'ਤੇ ਫਿਰ ਉਹ ਨਾਕ ਉਹ ਏ ਕਰੇਗਾ, ਸਕਿੱਲਡ ਜੋਬ ਹੋਏਗੀ, ਉਹਦੇ ਕੋਲ ਪਰੂਫ ਹੋਏਗਾ ਕਿ ਵੀ ਸੈਲਰੀ ਮਿਲ ਰਹੀ ਹੈ 1-2 ਮਹੀਨੇ ਤੋਂ, ਪੈਸੇ ਹੈ ਉਹਦੇ ਕੋਲ ਵਗੈਰਾ ਜੋ ਵੀ ਫੰਡਸ ਹੈ, ਤਾਂ ਵੀ ਆ ਸਕਦਾ। ਸੋ ਦੋਨੋਂ ਸੂਰਤ ਹਾਲ ਵਿੱਚ ਉਹ ਹਸਬੈਂਡ ਅਪਲਾਈ ਕਰ ਸਕਦਾ, ਹਸਬੈਂਡ ਐਂਡ ਵਾਈਫ ਓਪਨ ਵਰਕ ਪਰਮਿਟ ਅਪਲਾਈ ਕਰ ਸਕਦਾ, ਐਬਸੋਲੂਟਲੀ ਕਰ ਸਕਦੇ ਦੋਨੋਂ ਕੰਡੀਸ਼ਨ ਵਿੱਚ। ਹਸਬੈਂਡ ਨੂੰ ਓਪਨ ਸਪਾਊਸ ਵੀਜ਼ਾ ਇਸ਼ੂ ਕਰਦੀ ਹੈ ਪਹਿਲਾਂ ਕੈਨੇਡੀਅਨ ਹਾਈ ਕਮਿਸ਼ਨ, ਡੈਟ ਮੀਨਸ ਕਿ ਉਹਦੇ ਵਿੱਚ ਅਨਰੈਸਟ੍ਰਿਕਟਿਡ, ਓਪਨ ਦਾ ਮਤਲਬ ਕਿ ਦੇ ਵਿੱਚ ਕੋਈ ਕੰਡੀਸ਼ਨ ਨਹੀਂ ਹੈ। ਸੋ ਦੇ ਗੈਟ ਅ ਸਪਾਊਸ ਵੀਜ਼ਾ, ਇਟਸ ਕਾਲਡ W1,
ਜਦ ਉਹ 에ਅਰਪੋਰਟ ਪਹੁੰਚਦੇ ਆ ਤੇ 에ਅਰਪੋਰਟ ਨਾ ਤਾਂ ਫਿਰ ਉਹ ਇਮੀਗ੍ਰੇਸ਼ਨ ਵਾਲੇ ਉਹਨਾਂ ਦਾ ਵੈਲਕਮ ਕਰਦੇ ਆ, ਗੱਲਬਾਤ ਪੁੱਛਦੇ ਆ ਕਿ ਵੀ ਕੌਣ ਹੋ, ਕਿੱਥੇ ਹੋ, ਕਿਸ ਤਰ੍ਹਾਂ ਹੈ, ਮੈਰਿਜ ਕੀ ਹੈ, ਸਭ ਕੁਝ। ਉਹਦੇ ਬਾਅਦ ਔਨ ਦਾ ਸਪੋਟ ਵਿਦਇਨ 5 to 10 minutes ਇੱਕ ਤੁਹਾਨੂੰ ਕਾਗਜ਼ ਫੜਾ ਦਿੰਦੇ ਆ ਹੱਥ 'ਚ, ਉਹਦੇ ਵਿੱਚ ਲਿਖਿਆ ਹੁੰਦਾ ਹੈ ਕਿ ਦਿਸ ਇਜ਼ ਅ ਓਪਨ ਵਰਕ ਪਰਮਿਟ। ਓਕੇ, ਐਂਡ ਨੈਕਸਟ ਜਦੋਂ ਤੁਹਾਡਾ ਸਟੱਡੀ ਪਰਮਿਟ ਕੰਪਲੀਟ ਹੋ ਜਾਂਦਾ, ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਵਰਕ ਪਰਮਿਟ 'ਤੇ ਜਾਂਦੇ, PSW ਨੂੰ ਕਹਿੰਦੇ ਆਪਾਂ, ਉਹਦੇ ਵਿੱਚ ਜਿਹੜਾ ਇਨ ਬਿਟਵੀਨ ਟਾਈਮ ਹੁੰਦਾ, ਉਹਦੇ ਵਿੱਚ ਆਪਾਂ ਫੁੱਲ ਟਾਈਮ ਕੰਮ ਕਰ ਸਕਦੇ ਜਾਂ ਉਹੀ 20 hours ਹੀ ਰਹਿੰਦੇ ਆਪਣੇ? That is another technical good question. ਜਿਸ ਵਕਤ ਅਗਰ ਸਟੂਡੈਂਟ ਗ੍ਰੈਜੂਏਸ਼ਨ ਦੀ ਤਿਆਰੀ ਹੋ ਗਈ, ਮਤਲਬ ਕਿ ਗ੍ਰੈਜੂਏਸ਼ਨ ਮਤਲਬ ਕਿ ਪਾਸ ਆਊਟ ਕਰ ਰਹੇ ਆ ਉਸ ਕਲਾਸ ਤੋਂ, ਉਹਨਾਂ ਨੂੰ ਇੱਕ ਲੈਟਰ ਇਸ਼ੂ ਕਰਦੇ ਆ ਰਜਿਸਟਰਾਰ ਵਗੈਰਾ ਕਿ ਵੀ ਤੁਹਾਡੀ ਫਾਰਮੈਲਿਟੀਜ਼ ਪੂਰੀ ਹੋ ਗਈ ਹੈ, ਤੁਹਾਡੀ ਪੜ੍ਹਾਈ ਪੂਰੀ ਹੋ ਗਈ ਹੈ, ਨਾਓ ਯੂ ਆਰ ਐਲੀਜੀਬਲ ਟੂ ਟੂ ਗੈਟ ਦਿਸ ਡਿਪਲੋਮਾ। ਉਸ ਲੈਟਰ ਨੂੰ ਲੈ ਕੇ, ਸਪੋਜ਼ ਅੱਜ ਤਰੀਕ ਹੈ, ਵਟ ਇਜ਼ ਅਕਟੂਬਰ 19, ਅੱਜ ਅੱਜ ਮੈਨੂੰ ਇਸ਼ੂ ਹੋ ਗਿਆ, ਅੱਜ ਮੈਂ ਸ਼ਾਮ ਨੂੰ ਸਵੇਰੇ ਮੈਨੂੰ ਲੈਟਰ ਮਿਲਿਆ, ਸ਼ਾਮ ਨੂੰ ਮੈਂ ਔਨਲਾਈਨ ਜਾ ਕੇ ਐਪਲੀਕੇਸ਼ਨ ਪਾਤੀ, ਵਰਕ ਪਰਮਿਟ ਐਪਲੀਕੇਸ਼ਨ ਕੋਸਟ $255 ਐਂਡ ਐਪਲੀਕੇਸ਼ਨ ਹੋ ਗਈ, ਐਸ ਸੂਨ ਐਸ ਵੀ ਹੈਵ ਅ ਫਾਈਲ ਨੰਬਰ ਐਪਲੀਕੇਸ਼ਨ ਚਲੀ ਗਈ, ਡੈਟ ਮੀਨਸ ਔਨ ਦਿਸ ਡੇਟ ਔਨਵਰਡਸ ਆਈ ਐਮ ਨਾਓ ਐਲੀਜੀਬਲ ਟੂ ਵਰਕ ਫੁੱਲ ਟਾਈਮ। ਓਕੇ, ਹਾਂਜੀ, ਥੈਂਕ ਯੂ, ਠੀਕ ਹੈ, ਥੈਂਕ ਯੂ ਅਵਨ, ਥੈਂਕ ਯੂ ਵੈਰੀ ਮੱਚ। ਕਦੇ ਕਦੇ ਸੰਜੋਗ ਹੋਇਆ, ਦਾਣਾ ਪਾਣੀ ਹੋਇਆ ਸਾਊਦੀ ਦਾ, ਤੇ ਜ਼ਰੂਰ ਮਿਲ ਕਰਾਂਗੇ। ਮੋਸਟ ਵੈਲਕਮ, ਐਨੀ ਟਾਈਮ ਯੂ ਕੈਨ ਕਮ ਟੂ ਦਾ ਸਾਊਦੀ ਅਰੇਬੀਆ, ਮੋਸਟ ਵੈਲਕਮ, ਐਨੀ ਟਾਈਮ। ਮੈਂ ਇਸ ਤੋਂ ਪਹਿਲਾਂ ਵੀ ਕਿਸੇ ਨਾਲ ਗੱਲ ਕਰ ਰਿਹਾ ਸੀ ਐਕਚੁਅਲੀ ਇੱਕ ਬਾਹਰੀਨ ਤੋਂ, ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਬਾਹਰੀਨ ਇਜ਼ ਦਾ ਮੋਸਟ ਵੰਡਰਫੁਲ ਪਲੇਸ ਐਂਡ ਮੋਸਟ ਯੂ ਨੋ ਪੀਸਫੁਲ ਪਲੇਸ ਟੂ ਮੇਕ ਮਨੀ ਐਂਡ ਟੂ ਬੀ ਸਕਸੈਸਫੁਲ। ਸੋ ਅੱਜ ਆਈ ਸੈਡ ਯੂ ਨੋ ਮੇਬੀ ਸਮ ਟਾਈਮ ਆਈ ਵਿਲ ਕਮ ਟੂ ਬਾਹਰੀਨ, ਪਰ ਦੇਖੋ ਇਹ ਕੋਵਿਡ ਹੁੰਦਾ ਤੇ ਫਿਰ ਆਪਾਂ ਇੱਥੋਂ ਨਿਕਲੀਏ। ਐਨੀਵੇ, ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ। ਥੈਂਕ ਯੂ ਸਰ, ਥੈਂਕ ਯੂ, ਨਾਈਸ ਟਾਈਮ, ਥੈਂਕ ਯੂ, ਬਾਏ।